ਵਰ ਹੀਰੰ ਨਟ ਵਰ ਵਪੂ ਕਰਨਯੋ ਕਰਨਿਕਾਰੰ ਬਿਬ੍ਰਦ੍ਵਾ ਸਾ ਕਨਕ ਕਪਿਸ਼ੰ ਵੈਜਯੰਤੀਂ ਚ ਮਾਲਾਂ ਰੰਧ੍ਰਾਂ ਵੇਣੁਰਧਰ ਸੁਧਿਯਾ ਪੂਰਯਨ ਗੋਪ ਬ੍ਰਿੰਦੈ ਬ੍ਰਿੰਦਾਰਣ್ਯਂ ਸਪਦ ਰਮਣਂ ਪ੍ਰਾਵਿਸ਼ਤ ਗੀਤਿ ਕੀਰਤਿ ਬੰਸੀ ਵਿਭੂਸ਼ਿਤ ਕਰਾ ਨਵਨੀਰਤਾਹ ಪೀತಂಬರ ಧರ್ಣ ಬಿಂಬ ಫಲ ಧರುಷ್ಠ ಪೂರ್ಣಿಂದು ಸುಂದರ ಮುಖಾತರವಿಂದ ನೇತ್ರಾದ ಕೃಷ್ಣಾತ್ ಪರಂ ಕಿಮಪಿ ತತ್ವಮಹಂ ನ ಜಾನೆ ರಾಮದೂತಾಯ ವಿದ್ಮಹಿ ವಾಯುಪುತ್ರಾಯ ಧೀಮಹಿ ತನ್ನಂ ಕಪಿ ಪ್ರಚೋದಯಾತ್ ನಮಃ ಭಗವತೇ ವಾಯುನಂದನಾಯ ಓಂ ಸ್ವಸ್ತಿ ಶ್ರೀ ಗಣೇಶಾಯ ನಮಃ ಶ್ರೀ ಸರಸ್ವತೇ ನಮಃ ಶ್ರೀ ವೇದ ವ್ಯಾಸಾಯ ನಮಃ ಶ್ರೀ ಶುಕದೇವಾಯ ನಮಃ ಸರ್ವೇಭ್ಯೋ ಬ್ರಹ್ಮನಿಭ್ಯೋ ನಮಃ ಸರ್ವೇಭ್ಯೋ ಸಂತ ಪ್ರವರಿಭ್ಯೋ ನಮಃ ಬಾಲಕೃಷ್ಣನಾಥ ಸರ್ವ ಸಂತಂ ಸತ್ಯ ಸನಾತನ ಧರ್ಮ ಬೋಲ ಶ್ರೀರಾಮ ಜಯ ರಾಮ ಜಯ ಜಯ ರಾಮ ಬೋಲ ಶ್ರೀರಾಮ ಜಯ ರಾಮ ಜಯ ಜಯ ರಾಮ ಬೋಲ ಶ್ರೀರಾಮ ಜಯ ರಾಮ ಜಯ ધર્મ પ્રેમી બંધુ નિસંદેહ હમારા જીવન કુછ સમય કે લિયે હૈ ઓર યે નાશવાન भले ही हमारी प्रत्येक क्रिया हमें ये समझने नहीं देती कि जीवन नाशवान संसार में रहना खाना पीना व्यवहार करना
ऐसे जैसे हम अजर अमर हूं और हमें कभी दुनिया से नहीं जाना, विचार करने की बात है। यदि हमारे बाप दादा चले गए, इतने इतने सुंदर महल खंडरात बन गए, तो क्या हमारा जीवन और जीवन की संपत्ति स्थायी होगी? ये ज्यादा दिन चलने वाली होगी? जब कभी इन्हीं बातों पर कोई विचार करता है तो संसार के व्यापार को छोड़ करके कहीं किनारा कर ले। जितने संत लोग होते, जिस समय जान लेते कि ये संसार सपना है, तो सपने की बात को कोई सच नहीं मानता। सपने में सिर काटा जा रहा है, सपने में हम राजा बन रहे हैं, सपने में भिखारी बन रहे हैं। क्या ये सपने की बातें सत्य हो? लेकिन जितनी देर तक स्वप्न नहीं खुलता, तब तक कोई बात झूठ भी नहीं हो। सपने में खुश होना, सपने में रोना, दुखी होना, यह तो जीवन के खेल। ये जीवन भी एक सपना है। विचार करो, आज से 3 रोज पहले यहाँ हरी हरी घास। ओ शास्त्री जी महाराज की। लेकिन आज क्या हो गया? जो आप आज देख रहे हैं, क्या ये कल भी होगा? मेरी सुंदर जवानी, क्या आज से 20 वर्ष पहले भी थी? क्या कल भी रहेगी? अभी तो सूरज उदय हो रहा है, अभी मसा सूरज चढ़िया, साढ़े 8 मुंह तुम दे रुटी पानी बना दे सूरज गासा उठिया। सही वाला ये बड़ा बड़ा है, इन्हें तुम नहीं पता जा। बंधुओं बैठे बैठे ये सूरज ढल जाए। ये संसार सपना है अर्थात मिथ्या। जो ज्ञानी लोग संसार की माया को भांप लेते, माया को छोड़कर मायापति ईश्वर का चिंतन करते, जिनेगी ये पता लगी रंदा ये दुनिया की थी, दुनिया दी नहीं और रब दी सोच कर दे, उन दी सोच पुगी रही।
ਬੇਸ਼ੱਕ ਪਰਮਾਤਮਾ ਤੋਂ ਸਹੀ ਲਾਗੇ ਨਹੀਂ ਆਉਣ ਦੇਣਾ ਸਰ, ਭਗਵਾਨ ਕੀ ਤੋਂ ਬਾਤ ਹੀ ਜਾਣੇ ਦੋ, ਮੇਰਾ ਦਮ ਕੋਡੀਆਂ ਮੁੱਲ ਨਹੀਂ ਹੈ, ਮੇਰਾ ਲਾਗੇ ਨਹੀਂ ਤੁਸੀਂ ਆਉਣਾ ਸਰ। ਜਿਲੇ ਘਰਾਂ ਟੁਰੇ ਹੈ ਤੁਹਾਡੀ ਸਾਰੀ ਦੀ ਸੋਚ ਵੀ ਲਾਗੇ ਜਾਂਦਾ, ਮੈਂ ਇਹ ਇੱਥੇ ਡੱਕੀ ਹੋ ਗਿਆ, ਮਿਹਨਤ ਕੋਈ ਹੈ ਜਾਂ ਹਾਲਾਤ ਨੇ ਮੈਂ ਇੱਥੇ ਡੱਕੀ। ਜੇ ਤੁਸ ਜੁਰਤ ਕਰੀਏ ਆਓ ਵੀ ਮੈਂ ਵੀ ਸਦਾ, ਜਿਹੜੇ ਸਮੇਂ ਦੇ ਮੁਤਾਬਿਕ ਸੇਵਾਦਾਰ ਤੁਸੀਂ ਨਹੀਂ ਆਉਂਦੇ, ਭਾਵੇਂ ਸੇਵਾਦਾਰ ਵੀ ਚਾਹੁੰਦਾ ਹੈ ਜਾਣ ਦੇ, ਲੇਕਿਨ ਉਹ ਵਿਵਸ਼, ਯਦੀ ਮੁਝ ਸੇ ਹੀ ਮਿਲਣਾ ਕਠਿਨ ਹੈ, ਹਮ ਭਗਵਾਨ ਸੇ ਮਿਲਣੇ ਕੇ ਲੀਏ ਯਦੀ ਨਿਕਲੇ, ਰਾਸਤੇ ਮੇਂ ਅਨੇਕ ਰੁਕਾਵਟਾਂ, ਲੱਖਾਂ ਬੰਧਨ, ਉਹਨੇ ਅਸੀਂ ਅੱਗੇ ਨਹੀਂ ਜਾ, ਤੇ ਜੇ ਕੁਦੈ ਪੁੱਜੀ ਵੀ ਜਾਂਦੇ ਤੇ ਰੱਬ ਵੀ ਬੜਾ ਵੀ ਦਰਦ ਹੈ, ਲਾਗੇ ਉਹ ਵੀ ਨਹੀਂ ਆਉਣ ਦਿੰਦਾ, ਉਹ ਅੰਦਰ ਚਾਹੁੰਦਾ ਆਈ ਜਾ। ਬੋਲ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ, ਬੋਲ ਸ਼੍ਰੀ ਰਾਮ ਜੈ ਰਾਮ ਜੈ ਰਾਮ ਜੈ ਰਾਮ ਜੈ ਬਾਲਕ੍ਰਿਸ਼ਨ। ਅਜੇ ਵੀ ਪਤਾ ਨਹੀਂ ਕਿ ਰਾਮ ਭਗਵਾਨ ਹੈ ਤੇ ਸੀਤਾ ਮਾਂ ਹੈ, ਇਹਦਾ ਪਤਾ ਕੁਛ ਹੈ ਕਿ ਨਹੀਂ, ਤੁਸੀਂ ਸਾਰੇ ਪੁੱਤਰ ਕੇ ਜਾਣਿਆ ਕਰਦੇ। ਮਮਤਾ ਦੀਆਂ ਦੀਵਾਰੇ ਨੀ ਕੁਲ ਪੰਨੇ, ਹੁਣ ਤੁਸ ਸੁਣੇ ਰਹੇ ਨਾ, ਤਾਲੀ ਸ਼ਾਸਤਰੀ ਜੀ ਆਖਿਆ ਰਹੇ ਸਵੇਲਾ ਆ ਰਿਹਾ ਕਰੋ, ਸਵੇਲਾ ਕੀ ਆਉਣ ਨੂੰ ਹੈ। ਸਦਵਾਹ ਦੇ ਵਿੱਚ ਦੋ ਸੂਦਕ ਪਈ ਜਾਂਦੇ, ਸੂਤਕ ਕੀ ਹੁੰਦਾ, ਕੋਈ ਮਰੀ ਜਾ ਜਾਂ ਜੰਮੀ ਜਾ, ਜਿਹੜਾ ਜਿਹੜਾ ਸਤਵਾਹ ਸੁਣਦਾ ਨਾ ਗਿਆਨ ਗਿਆਨ ਦੀ ਚਰਚਾ, ਦੋ ਸੂਤਕ ਤੇ ਪੇਰੇ ਗਏ, ਇੱਕ ਤੇ ਮਮਤਾ ਮੋਹ ਰੂਪੀ ਮਾਂ ਜਿਹੜੀ ਹੈ ਉਹ ਮਰੀ ਜਾਂਦੀ, ਇੱਕ ਗਿਆਨ ਰੂਪੀ ਪੁੱਤਰ ਪੈਦਾ ਹੋ ਜਾਂਦਾ। ਮਾਂ ਮਰਨੀ ਤੇ ਅਫਸੋਸ ਹੈ, ਤੇ ਪੁੱਤਰ ਜੰਮਣੇ ਦੀ ਖੁਸ਼ੀ ਹੈ। ਜਿਹੜਾ ਉਹਦੇ ਵਿੱਚ ਕਮੀਨਾਪਨ ਹੈ ਉਹ ਖਤਮ ਹੋਣਾ ਹੈ ਨਾ, ਉਹ ਮਮਤਾ ਖਤਮ ਹੋਣੀ ਹੈ, ਮਮਤਾ ਦੀ ਮਾਂ। ਜਿਲੇ ਮਾਂ ਮਰੀ ਮਮਤਾ ਮੁੱਕੀ,
ਨਵੀਂ ਚੀਜ਼ ਕਿਹੜੀ ਹੋਣੀ? ਗਿਆਨ ਹੋਣਾ, ਤੇ ਗਿਆਨ ਮੈਂ ਆਖਿਆ ਰਹਾ ਕਿ ਰਾਮ ਦੇ ਆਉਣੇ ਪਰ ਨਾ ਦਸ਼ਰਥ ਦੀ ਮਮਤਾ ਰੂਪੀ ਮਾਂ ਮਰੀ ਤੇ ਨਾ ਗਿਆਨ ਰੂਪੀ ਪੁੱਤਰ ਹੋਏ। ਮੁਨੀ ਸ਼ੁਕਦੇਵ ਵਰਣਨ ਕਰਤੇ ਰਾਜਨ ਪ੍ਰੇਕਸ਼ਿਤ, ਵਿਰਾਮ ਹੋਣੇ ਪਰ ਦਸ਼ਰਥ ਘਰ ਚਲੇ ਜਾਤੇ। ਕੁਛ ਸਮੇਂ ਬੀਤਾ, ਇੱਕ ਦਿਨ ਵਿਚਾਰ ਕਰਨੇ ਲਗੇ ਕਿ ਰਾਮ ਤੋ ਅਭੀ ਜਵਾਨ ਹੈ, ਕਿਉਂ ਨਾ ਰਾਜ ਪਾਠ ਰਾਮ ਕੋ ਸੌਂਪੂ ਔਰ ਖੁਦ ਭਗਵਾਨ ਕਾ ਭਜਨ ਕੋ। ਰਾਜਾ ਦਸ਼ਰਥ ਇੱਕ ਦਿਨ ਰਾਮ ਦੀ ਰਾਜ ਤਿਲਕ ਦੇਣ ਲਗੇ। ਜਿਵੇਂ ਉਸ ਰਾਜ ਤਿਲਕ ਦੇਣੇ ਦੀ ਸੋਚ ਕੀਤੀ, ਸ਼ਾਮ ਵੇਲੇ ਫੈਸਲਾ ਕੀਤਾ ਵੀ ਕੱਲ ਦੇਗੇ, ਬੜਾ ਸ਼ਹਿਰ ਮੂਹਰਤ ਕਢਾਇਆ ਵੀ ਕੱਲ ਰਾਜ ਤਿਲਕ ਦੇਣਾ, ਤੇ ਤ੍ਰਿਕਾਲੇ ਰਾਤੀ ਵੇਲੇ ਪਤਾ ਨੀ ਕਿ ਹੋਈ ਆ, ਦੂਏ ਦਿਨ ਰਾਜ ਤਿਲਕਿਆਂ ਦੇ ਬਜਾਏ ਰਾਮ ਦੀ ਬਨਵਾਸ ਤੇ ਪਰਥਵੀ ਰਾਜ ਤਿਲਕ ਹੋਈ। ਜੇ ਤੁਹਾਡੀ ਸੋਚੀ ਦੀ ਸੋਚ ਵਿਗੜੀ ਜਾ ਤੇ ਦੁਖੀ ਨਹੀਂ ਹੋਇਆ ਕਰੋ। ਇੱਥੇ ਭਗਵਾਨ ਜਿਹੜਾ ਰਾਮ ਹੈ ਉਹਦੇ ਬੱਬੇ ਦੀ ਸੋਚ ਨੀ ਤੋੜ ਚੜੀ, ਤੁਹਾਡੀ ਗੱਲ ਚੜ ਬੋਲ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ। ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ। ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ। ਬਾਲ ਕ੍ਰਿਸ਼ਨ ਲਾਲ ਅੱਜ ਉਹ ਖੁਸ਼ੀ ਗਮੀ ਚ ਬਦਲਣ ਲੱਗੀ, ਪਰ ਜਿਹਦੇ ਕੰਨੇ ਇੱਕ ਬੰਦਾ ਦੁਖੀ ਰਵੇ ਤੇ ਲੱਖਾਂ ਸੁਖੀ ਰਹਿਣ, ਉਹ ਕੋਈ ਗਮ ਹੁੰਦਾ, ਉਹ ਖੁਸ਼ੀ ਹਨ। ਜਿਹੜੀ ਕਕੇ ਦੀ ਬੋਲੀ ਹੀ ਮੰਥਰਾ ਸਰਸਵਤੀ ਆਈ ਤੇ ਉਹਦੀ ਜੀਭਾ ਪਰ ਬਹਿ ਗਈ ਹਨ, ਤੇ ਮੰਥਰਾ ਦੀ ਨਹੀਂ ਸੁਣੀ ਬਕਾਣੇ ਦੀ ਜਾਤ ਆਈ ਕਕੇ ਦੀ, ਉਹਨੇ ਰਾਮ ਦੀ ਬਨਵਾਸ ਦਵਾਈਏ ਛੋੜਿਆ। ਰਾਮ ਦੇ ਕੰਨੇ ਲਕਸ਼ਮਣ ਵੀ ਚਲੀ ਆ ਤੇ ਸੀਤਾ ਵੀ ਚਲੀਏ। ਅੱਜ ਤੋਂ ਰਾਮ ਬਨਵਾਸੀ ਹੋ ਗਏ। ਜਿਹੜਾ ਬਨ ਲਗਾ ਰਾਜਾ ਉਸੀ ਬਨਵਾਸ ਤੋਂ ਹੀ ਹੈ। ਕਈ ਸੀ ਗੁਰੀ ਨਾਂ ਕੇ ਲਕਸ਼ਮ ਹੈ, ਸੱਚਮੁੱਚ ਹੀ ਮਨੁਸ਼ ਕੁਕਰਸੀ ਸੁਖ ਨੇ ਫੂਲ ਨਹੀਂ ਜਾਣਾ ਚਾਹੀਏ, ਸੁਖੇ ਦੇ ਵਿੱਚ ਉਸਦੀ ਮਤੇ ਕਮੰਡੀ ਨਹੀਂ ਜਾਣਾ ਚਾਹੀਦਾ। ਕੀ ਪਈ ਖਰੇ ਅਗਲਾ ਪੈਰ ਪੁੱਟਣੇ ਕੋਲਾ ਪਹਿਲਾਂ ਹੀ ਦੁੱਖ ਬੈਠੇ ਦਾ ਕੁਝ।
राम जंगल में चले गए। कभी कभी कसर चलने वाला तुसे रामलीला च दिखा जिले राम वनवास से जा रहा राम दे पैर केवट न तो राम बेड़ी चढ़न लगा। राम ने आख्या मांगी नाग। राम ने बेड़ी मंगी ते मला ने आख्या ना केवट ना। राम ने बेड़ी मंगी ते केवट ने नहीं आंगी। अग लगा कहियो तुम्हार मरम में जा। अग लगा जा यार सही हो तुम किड़ी गल जतलाई राम जी ने पितरी में से। राम भगवान बेड़ी मंगे रा ते मला आखर में नहीं आना। ਉਹਨੇ ਪੁੱਛਿਆ ਕੀ ਨੀ ਆਨੀ ਲਕਸ਼ਮਣ ਦੀ ਮਰਜ਼ੀ ਸੀ ਮਾਰ ਲਿਓ ਪਰ ਕਿੰਨੇ ਕੁ ਦਿਨ ਮਾਰ ਗਏ ਹੋ। ਯਦਿ ਕੋਈ ਆਪਣੇ ਲਕਸ਼ ਕੋ ਨਿਰਧਾਰਿਤ ਕਰ ਲੇ ਭਲੇ ਹੀ ਤੂਫਾਨ ਉਸਕੀ ਮੰਜ਼ਿਲ ਕੋ ਨਾ ਛੂਨੇ। ਜਨਮ ਬੀਤ ਜਾਏ ਦੋ ਚਾਰ ਦਸ ਪਚਾਸ ਜਨਮ ਬੀਤੇ वो दिन दूर नहीं है जबकि आपकी मंजिल और आप एक हो। बोल श्री राम जय राम जय जय राम भगवान राम केवट से कहते नैया लाओ और केवट ने कहा मैं नहीं लाऊंगा क्योंकि मैं तुम्हें जानता। भगवान ने फिर कर लेता है नैया यार अथवा बेड़ी ले आना पैर तो ये जान जिले बेड़ी आंदी ਘਰਾਂ ਦਾ ਕਟੋਰਾ ਲਈ ਆਇਆ ਤੇ ਸਾਰਾ ਟੱਬਰ ਸੱਜੀ ਦੇ। ਰਾਮ ਦੇ ਪੈਰ ਮਲੀ ਮਲੀ ਆ ਤੁਰ ਤੇ ਲਕਸ਼ਮਣ ਦੀ ਮਰਜ਼ੀ ਹੈ ਕਿ ਤੁਰ ਚੜ ਅਸੀਂ ਧੋਈ ਲੈ ਪੈਰ। ਜੇ ਲੱਕੀਵਟ ਨੇ ਸ਼ੈਲ ਤਸੱਲੀ ਕੀਤੀ ਅਖਾਣ ਗਈ ਤੇ ਬੇੜੀ ਕਦੇ ਖੱਲੇ ਲਈ ਜਾ ਕਦੇ ਉੱਪਰੇ ਲਈ ਜਾ ਤੇ ਪਾਰ ਮਾਰ। ਸੀਤਾ ਤੇ ਲਕਸ਼ਮਣ ਦੀ ਰੋਹ ਚੜਿਆ ਜਿਹੜੇ ਚਿਮਚੇ ਹੁੰਦੇ ਉਹ ਮਰੇ ਤੜਫਦੇ। ਤਾਂ ਜਿਸ ਵੇਲੇ ਉਹਨੇ ਕੀ ਗੁੱਸਾ ਆਵੇ ਗੁੱਸੇ ਦਾ ਪਰਿਣਾਮ ਕੀ ਹੋਇਆ ਪਰ ਜੀ ਕੇਵਟ ਨੇ ਮੱਥਾ ਟੇਕਿਆ ਚਲੀ। ਲਕਸ਼ਮਣ ਆਖਣ ਲਗਾ ਭਗਵਾਨ ਨੇ ਕਿਣਿਆ ਹਾਂ ਚੁੱਕੀ ਲੈਣੀ ਚਾਹੀਦਾ ਆਖਿਆ ਤੂੰ ਲੱਗੀ
ਆਖਣ ਲੱਗੇ ਬੱਚੂ ਤੁਸੀਂ ਚੇਤਾ ਭੁੱਲੀ ਇਹਦਾ, ਇਹ ਮਲਾਹ ਕੌਣ? ਇੱਕ ਵਾਰੀ ਦੀ ਗੱਲ ਹੈ, ਸਾਧੂ ਨੇ ਕੀ ਕੀਤਾ, ਆਪਣੇ ਗੁਰੂ ਜੀ ਪੁੱਛਿਆ, ਭਗਵਾਨ ਕਿੱਥੇ ਉਹਨੇ ਸੁਣਾਇਆ, ਲੈ ਖੀਰ ਸਾਗਰ ਚ ਨਾ ਸ਼ੇਸ਼ ਨਾਗ ਦੀ ਸ਼ਈਆ ਪਰ ਸੁੱਤੇ ਰਹਿਣ ਤੇ ਲਕਸ਼ਮੀ ਦੇ ਚਰਨ ਦਵਾ ਦੀਏ, ਸਾਧੂ ਉਸੇ ਲੈ ਖਜੋਪੜ ਬਣਿਆ, ਕਛੂਆ ਬਣਿਆ। ਤੁਸੀਂ ਚੇਤਾ ਜਿਲੇ ਖੀਰ ਸਾਗਰ ਚ ਸੁੱਤੇ ਰਹੇ, ਤੂੰ ਸ਼ੇਸ਼ ਨਾਗ ਹੈ ਤੇ ਮੈਂ ਵਿਸ਼ਨੂੰ, ਸੀਤਾ ਲਕਸ਼ਮੀ, ਇਹ ਜਿਹੜਾ ਮਲਾ ਹੈ ਇਹ ਖਜੋਪੜ। ਖਜੋਪੜੇ ਦੀ ਨਿੱਕੀ ਜਿਹੀ ਮੁੰਡੀ ਸੀ, ਉਹ ਬੜੀਆਂ ਆਂਬਾਂ ਵੱਟਿਆ, ਪਰ ਤੇ ਮੈਂ ਵਿਸ਼ਨੂੰ ਤੂੰ ਨਾਗਿਆ ਪਰ ਲੰਮਾ ਫੇਰਾ ਉਹ ਸੀ ਲੱਭਿਆ ਨੇ। ਖਜੋਪੜ ਸਾਰੀ ਉਮਰ ਤੜਫੀ ਤੜਫੀ ਮਰੀ ਆ, ਕਦੇ ਪੈਰਿਆਂ ਵਾਲੇ ਪਾਸੇ ਜਾ, ਕਦੇ ਸਿਰਿਆਂ ਵਾਲੇ ਪਾਸੇ ਜਾ। ਜੇ ਪੈਰਿਆਂ ਵਾਲੇ ਪਾਸੇ ਜਾ ਤੇ ਜਿਹੜੀ ਲਕਸ਼ਮੀ ਸੀ ਨਾ ਉਹਨੇ ਸ਼ੀਸ਼ੀ ਕਰੀ ਹੈ ਖਿੱਦੀ ਉੜਨਾ। ਜੇ ਸਿਰਿਆਂ ਵਾਲੇ ਪਾਸੇ ਜਾ ਤੇ ਤੂੰ ਸ਼ੇਸ਼ ਨਾ ਗਿਆ ਫੰਕਾਰਾ ਮਾਰੀ ਉੜ। ਖਜੋਪੜੇ ਦੀ ਸਾਰੀ ਉਮਰ ਭੌਂਦੇ ਗਏ ਖਤਮ ਹੋਈ। ਜਿਲੇ ਖਜੋਪੜ ਮਰਿਆ ਤਾਂ ਇਹ ਸੋਚੀ ਕਿ ਪਰਮਾਤਮਾ ਕਦੇ ਮੈਨੂੰ ਤੇਰੇ ਦਰਸ਼ਨ ਹੋਣ, ਤੂੰ ਨਿੰਦਾ ਥਾਂ ਹੋਏ ਤੇ ਮੈਂ ਉੱਚਾ ਕਰ। ਅੱਜ ਪਰਮਾਤਮਾ ਨੇ ਉਹਦੀ ਖੁਆਇਸ਼ ਪੂਰੀ ਕੀਤੀ। ਅਗਲਾ ਵੀ ਇਹਦੀ ਸੋਚ ਹੀ ਅੱਜ ਪਰਮਾਤਮਾ ਨੇ ਪੂਰੀ ਬਣਾਈ। ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕਿਆ। ਆਪਣੇ ਆਤਮ ਬਲ ਵੀ ਇੰਨਾ ਉੱਚਾ ਕਰੋ ਕਿ ਤੁਸੀਂ ਵੀ ਪਰਮਾਤਮਾ ਆਤਮਾ ਨੇ ਪੁੱਛਿਆ ਸੁਣਾ ਭਾਈ ਆਉਂ ਤੇਰਾ ਕਿਹੜਾ ਕੰਮ ਕਰ। ਹੱਥ ਹੈ ਪਰ ਹੱਥ ਰੱਖੀਏ ਬੇਈ ਰਾ ਕੋਈ ਮੇਰੀ ਰਾਮ ਨੀਆਂ ਮੂੰਹ ਚਗਰਾ ਪਾ ਰਾਮ ਨੇ ਤੇ ਪਾਣੀਆਂ ਸਿਰ ਸਰਖੇ ਦਾ ਹੁਣ ਉਹਦਾ ਵੀ ਕੋਈ ਜੀਵਨ ਹੈ ਜਿਹੜਾ ਟਕੇ ਟੁਕਰਿਆ ਪਰ ਬਈ ਜਾ। ਮੈਂ ਤੋ ਆਪਸੇ ਇਹ ਕਹਿ ਰਹਾ ਥਾ ਕਿ ਜੀਵਨ ਨਾਸ਼ਵਾਨ, ਜੋ ਇਸ ਨਾਸ਼ਵਾਨ ਸੰਸਾਰ ਕੋ ਜਾਣ ਲੇਤਾ ਹੈ ਵੋ ਇਸਕੀ ਮਮਤਾ ਨਹੀਂ ਕਰਤਾ। ਜੋ ਲੋਕ ਇਸ ਮਰਮ ਕੋ ਜਾਣ ਲੇਤੇ ਕਿ ਸਰੀਰ ਕਾ ਕੋਈ ਮੁੱਲ ਨਹੀਂ, ਉਹ ਸਰੀਰ ਕੋ ਸਜਾਨੇ ਭਜਾਨੇ ਕੀ ਕੋਸ਼ਿਸ਼ ਨਹੀਂ ਕਰਦੇ। ਨਾ ਜਿਹੜੇ ਸੋਚਦੇ ਨਹੀਂ ਮੇਰੇ ਸਰੀਰ ਦਾ ਕੋਈ ਮੁੱਲ, ਇਹ ਸਰੀਰ ਸਜਾਣਿਆ ਸਜਾਣਾ ਚਾਹੀਦਾ ਪਰਮਾਤਮਾ ਨੇ ਲਿਖੇ ਦਾ। ਡੰਗਰ ਬੱਚਾ ਲੈ ਸੀ ਲੋਕ ਫੰਡੀ ਛੰਡੀ ਰੱਖੇ, ਸਜੀਵ ਸਰੀਰ ਸਜਾਣਾ ਅੱਛਾ ਹੈ, ਉਹਨਾਂ ਸਰੀਰ ਸਜਾਣੇ ਪਰ ਸਮਾਂ ਬਰਬਾਦ ਕਰਨਾ ਅੱਛਾ। ਮੈਂ ਤਾਂ ਗੱਲ ਸੁਣਾਦਾ ਜੀਵਨ ਥੋੜਾ ਹੈ, ਜਿਹਦੇ ਵਿੱਚ ਕਰਨੇ ਵਾਲਾ ਕੰਮ ਕੋਈ ਹੋਰ ਹੈ, ਜਿਸ ਅਜੇ ਅੱਗੇ ਨਹੀਂ ਲਾਇਆ।
ਜਾਗਤ ਘਰ ਉੱਕਣ ਜਾਂਦੇ, ਪੁਰਾਣੇ ਪੁਰਾਣੇ ਬੁੱਢੇ ਤਜਰਬਾ ਹੋਣਾ, ਜਾਗਤ ਘਰ ਉੱਕਣ ਜਾਂਦੇ, ਮਸਾਂ ਢੇਰੀ ਢੇਰੀ ਦੋ ਦੋ ਢੇਰੀਆਂ ਬਣਾਉਂਦੇ, ਵਿਆਹ ਦੇ ਆਓ ਤ੍ਰਿੜ ਡੁੱਬ ਖੇਡਦੇ, ਇੱਕ ਤ੍ਰਿੜ ਦੱਬਣੀ ਫਿਰ ਉਹਦੇ ਪੁਰਕੇ ਕਹਿੰਦਾ ਟੁੱਕਣਾ, ਜਿਹਦਾ ਟੁੱਕਿਆ ਉਹ ਸਾਰੀਆਂ ਢੇਰੀਆਂ ਲਈ, ਕਈ ਮਾਤੜ ਤ੍ਰਿੜ ਟੁੱਕਿਆ ਪਰ ਬੈਠੇ ਰਹਿਣ ਵੀ ਢੇਰੀਆਂ ਸਾਰੀਆਂ ਲਈ ਜਾ ਕੇ, ਫਿਰ ਮਰੀਏ ਰੁਕੀ ਰੁਕੀ ਲਈ ਲੋਕ, ਜਿਹਨੇ ਛੜੀ ਤ੍ਰਿੜ ਟੁੱਕ ਖੇਡੀ ਉਹਨੇ ਕੀ ਲੈ, ਮੈਨੇ ਦੁਆਰ ਤੋਂ ਵਰਤ ਵਰਤ ਮੈਂ ਉਲਟਾ ਦਿਆ, ਮੇਰਾ ਖਿਆਲ ਹੈ ਚਲੋ ਉੱਥੇ ਗਏ ਚੱਲ ਜਾ ਜਿੱਥੇ ਪਰੀਕਸ਼ਿਤ ਕਥਾ ਕਰਦਾ, ਬੋਲ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਉਸ ਕਿਹੜੇ ਖਜੋਪੜਿਆ ਕੀ ਕੇਵਟ ਬਣਾਇਆ, ਉਹ ਮਲਾਹ ਬਣਿਆ, ਮਲਾਹ ਬਣੀਏ ਟੱਬਰ ਡੋਰ ਹੋਇਆ, ਸੋਚੋ ਵੀ ਕਿੱਥੇ ਸਾਧੂ ਕਿੱਥੇ ਖਜੋਪੜ ਤੇ ਕਿੱਥੇ ਮਲਾਹ, ਆਦਮੀ ਰੁੜਦੇ ਰੁੜਦੇ ਕਿੰਨੀ ਵੀ ਦੂਰ ਥੱਲੇ ਟੁਰੀ ਜਾ ਪਰ ਉਸੀ ਆਪਣਾ ਪਰਲਾ ਕੰਢਾ ਜਿਹੜਾ ਨਾ ਉਹ ਨੀ ਭੁੱਲਣਾ ਚਾਹੀਦਾ ਕਿ ਮੈਂ ਪਾਰ ਜਾ, ਜੇਕਰ ਕੁੱਸੇ ਕੀ ਆਪਣਾ ਪਾਰਲਾ ਪੱਤਣਗੇ ਭੁੱਲੀ ਜਾ ਤਾਂ ਜਾਣਾ ਕੁਛ ਘਰੇ ਦਾ ਤੁਸ ਆਏ ਸਤਵਾਹ ਸੁਣਨ, ਰਸਤੇ ਚ ਕੋਈ ਹੋਰ ਲੱਭੀ ਆ ਯਾਰ ਚੱਲ ਪਾਈ ਆ ਚੱਲ ਚ ਤਾਂ ਬਸ ਸਤਵਾਹ ਲਾ ਚੇਤਾ ਭੁੱਲੀ ਆ, ਮਜ਼ੇ ਕਹਿੰਦੇ ਰੁਪਿਆ ਸੌ ਖਰਚਿਆ ਖਾਧੀ ਪੀਤੀ ਘਰੇ ਟੁਰੀ ਗੱਲ ਤਾਂ ਭੁੱਲੀਏ, ਠੀਕ ਹੈ ਤੁਸੀਂ ਵੀ ਕੋਈ ਸੱਜਣ ਮਿਲਿਆ ਦੁਸ਼ਮਣ ਮਿਲਿਆ ਉਹਦੇ ਕੰਨੇ ਗੱਲਬਾਤ ਕਰੀਏ, ਅਗਰ ਆਪਣੀ ਮੰਜ਼ਿਲ ਉੱਪਰ ਪੁੱਜੀਏ ਤਾਂ ਤੇ ਠੀਕ ਹੈ, ਔਰ ਅਗਰ ਆਪਣੀ ਮੰਜ਼ਿਲ ਰਸਤੇ ਚ ਗਏ ਖੁੰਝੀਏ ਚੇਤਾ ਭੁੱਲੀ ਆ ਤਾਂ ਫਾਇਦਾ, ਕੋਈ ਬਿਮਾਰ ਹੋਇਆ ਤੇ ਕੀ ਮੈਂ ਆਖਿਆ ਬੱਚੂ ਖਿਚੜੀ ਖਾਇਆ, ਰਸਤੇ ਚ ਆਇਆ ਉਸੀ ਖਿਚੜੀ ਗਈ ਭੁੱਲੀ ਭੁੱਲੇ ਪਿਆ ਕਰ ਖਾਚੜੀ ਖਾਚੜੀ, ਉਹਦਾ ਜਿਮੀਦਾਰਾਂ ਨੇ ਸੁਣਿਆ ਉਹਨੇ ਤੌਣ ਚੌਣ ਲਾਈ ਉਹਨੇ ਅੱਗਾ ਮੂਰਖਾ ਮੈਂ ਚਿੜੀਆਂ ਦੁਆਰਾ ਲੈ ਤੂੰ ਆਖਣਾ ਖਾ, ਮੈਂ ਕਿਹਾ ਕੀ ਆਖਾਂ ਆਖ ਉੱਡ ਚਿੜੀ ਤੂੰ ਉੱਡ ਚਿੜੀ ਆਖੇ, ਉਹਦਾ ਸ਼ਿਕਾਰੀ ਜਾਲ ਲਾਏ ਨਾ ਹਾਂ ਉਹਨੇ ਫਿਰ ਮਾਰਿਆ ਉਹਨੇ ਅੱਗੇ ਉਹ ਮੈਂ ਆਖਿਆ ਨਾ ਵੀ ਫਸਲ ਤੂੰ ਆਖਦਾ ਉੱਡ, ਮੈਂ ਕਿਹਾ ਕੀ ਆਖਾਂ ਆਖ ਫਸ ਚਿੜੀ, ਉਹ ਖਿਚੜੀ ਦੀ ਕਦੇ ਖਾਚੜੀ ਕਦੇ ਉੱਡ ਚਿੜੀ ਕਦੇ ਫਸ ਚਿੜੀ, ਥੋੜੀ ਅੱਗੇ ਅੱਗੇ ਖੂਬ ਮਾਰ ਸ਼ਾਰ ਪਈ, ਇੱਕ ਆਖਣਾ ਬਸ ਕਰੋ ਯਾਰ ਕੀ ਮਾਰੀ ਮਾਰੀ ਖਿਚੜੀ ਬਣਾਈ ਉਹਦੀ, ਆਖਣਾ ਬਸ ਬਸ ਹੋਣਗੇ ਸਮਝ ਆਈਗਾ,
ਖਿਚੜੀ ਉੱਪਰ ਅਗਰ ਮੈਂ ਭੁੱਲ ਰਿਹਾ। ਕਦੇ ਕਦੇ ਅਸ ਆਪਣੀ ਮੰਜ਼ਿਲ ਨੂੰ ਭੁੱਲ ਜਾਂਦੇ ਹਾਂ, ਇਹ ਰਸਤੇ ਚ ਪੂਰਾ ਪੂਰਾ ਭੜਕਦੇ ਰਹਿੰਦੇ। ਜਿਹੜੀ ਸਾਡੀ ਮੰਜ਼ਿਲ ਹੈ, ਜਿਹੜਾ ਲਕਸ਼ ਹੈ, ਉਹ ਸਾਡੇ ਸਾਹਮਣੇ ਰਹਿਣਾ ਚਾਹੀਦਾ ਹੈ। ਬੇਸ਼ੱਕ ਦਰਿਆ ਪਾਰ ਕਰਦੇ ਅਸੀਂ ਗੋਦੇ ਲੱਗੀ ਜਾਣ, ਅਸੀਂ ਥੱਲੇ ਰੁੜੀ ਜਾਚੇ, ਲੇਕਿਨ ਪਾਰਲਾ ਪੱਤਨ ਚੇਤਾ ਰਵੇ ਤਾਂ ਫਿਰ ਸਾਡਾ ਕੱਖ ਨਹੀਂ ਵਿਗੜਦਾ। ਉਹ ਜਿਹੜਾ ਕੇਵਟ ਹਾ ਅੱਜ ਉਹ ਮਲਾਹ ਬਣੇਗਾ। ਜਿਹੜੀ ਗੱਲ ਪਿਛਲੇ ਜਨਮੇ ਦੀ ਆਖੀ ਦੀ, ਵੀ ਭਗਵਾਨ ਕਦੇ ਤੂੰ ਨਿੰਦਿਆ ਥਾਂ ਹੈ ਤੇ ਨਹੀਂ ਉੱਚਾ ਥਾਂ ਵਾ, ਕੀ ਦੇਖਣ ਦੇ ਨਾ ਹੋ। ਅੱਜ ਰਾਮ ਲਕਸ਼ਮਣ ਸੀਤਾ ਨਿੰਦਿਆ ਥਾਂ ਹੈ ਬੇੜੀ ਉੱਪਰ, ਤੇ ਮਲਾਹ ਉੱਚਾ ਥਾਂ ਹਾਂ, ਉਹ ਅਸੀਂ ਝੂਟੇ ਲਈ ਜਾ ਲਾ, ਕਦੇ ਖੱਲ ਲਈ ਜਾ, ਕਦੇ ਉੱਪਰ ਲਈ ਜਾ। ਲਕਸ਼ਮਣ ਨੇ ਗਿਰੋਹ ਚੜਿਆ, ਉਹਨੇ ਕਿਹਾ ਮੂਰਖਾ ਸਿੱਧਾ ਨਹੀਂ ਟੁੱਟਦਾ, ਇਹ ਪਾਰੇ ਪੱਤਨ ਦੇ ਥੱਲੇ ਉੱਪਰ ਕੀ ਜਾ ਰਿਹਾ। ਮਲਾਹ ਆਖਣ ਲੱਗਾ ਲਕਸ਼ਮਣ ਬੜਾ ਰੋਹ ਕਰਦਾ ਹੈ, ਮੜਾ ਮੈਂ ਤੇ ਇਸ ਕਿਹੜੇ ਦਰਿਆ ਵਿੱਚ ਕਿ ਥੱਲੇ ਉੱਪਰ ਕੀਤਾ, ਤੁਮਨੇ ਵੀ ਕਈ ਯੋਨੀਆਂ ਕਈ ਜਨਮ ਥੱਲੇ ਉੱਪਰ ਕਰਦਾ ਰਿਹਾ, ਕਈ ਜਨਮ ਤੂੰ ਫੇਰੇ ਕਰਾਏ ਮੈਗੀ, ਜੇ ਮੈਂ ਤੂੰ ਵੀ ਦੋ ਚਾਰ ਕਰਾਈ ਜਿਹੜੇ ਤਾਂ ਕਿ ਡਰ। ਜੇ ਲੈ ਪਾਰੇ ਪੁੱਜੇ, ਰਾਮ ਜੀ ਚਾਹੁੰਦੇ ਹੀ ਸੀ ਕਿਸ ਦੇ ਚ ਉਹਨੂੰ ਕੋਲ ਕੇ ਸ਼ਾ ਜਾਣਾ। ਆਖਣ ਲੱਗੇ ਵੀ ਹੁਣ ਕਿਸੇ ਨਾ ਕਿਸੇ ਆਖੀਏ ਤੇ ਜਾਣੇਗਾ ਪਾਉਣਾ ਨਾ। ਰਾਮ ਜੀ ਨੇ ਸੀਤਾ ਵਾਲੇ ਪਾਸੇ ਦੇਖਿਆ, ਆਖਿਆ ਕੱਖ ਨਹੀਂ, ਇਹ ਜਿਹੜੀ ਗੱਲ ਹੈ ਬੰਦਿਆਂ ਲਈ ਨਹੀਂ, ਇਹ ਗੱਲ ਜਨਾਨੀਆਂ ਲਈ ਹੈ, ਜਿਹੜੀਆਂ ਸੁੱਤੀ ਦੀਆਂ ਉਹ ਵੀ ਜਾਗੀ ਪਾਉਣ। ਰਾਮ ਜੀ ਨੇ ਛੜਾ ਸੀਤਾ ਵਾਲੇ ਪਾਸੇ ਦੇਖਿਆ, ਪੀਹੀ ਕੀ ਸੀ ਜਾਨ ਹਾਰੀ ਮਨੀ ਮੁੰਦਰੀ ਮਨ ਮੁਦਤ ਉਤਾਰ। ਜੀਆਂ ਰਾਮ ਜੀ ਨੇ ਸੀਤਾ ਵਾਲੇ ਪਾਸੇ ਦੇਖਿਆ, ਭਗਵਾਨ ਕੇ ਦੇਖਣੇ ਕੇ ਇਸ਼ਾਰੇ ਕੋ ਮਾਂ ਸੀਤਾ ਸਮਝ ਜਾਤੀ, ਉਨਕੀ ਆਂਖ ਮਾਤਰ ਸੇ ਸਮਝ ਗਏ, ਔਰ ਆਪਣੀ ਉਂਗਲੀ ਸੇ ਅੰਗੂਠੀ ਨਿਕਾਲ ਕਰ ਭਗਵਾਨ ਕੋ ਸੁਣ, ਭਗਵਾਨ ਇਹ ਲੋ ਮੂਠੀ। ਭਗਵਾਨ ਰਾਮ ਸੀ ਕੇਵਟ ਦੀ ਮੂਠੀ ਦੇਣ ਲੱਗੇ, ਕੇਵਟ ਇਹ ਲੈ ਮਜ਼ੂਰੀ। ਉਹਨੇ ਮਜ਼ੂਰੀ ਨਹੀਂ ਲਈ, ਉਲਟੀਆਂ ਗੱਲਾਂ ਮਾਰੀਆਂ, ਆਖਣ ਲਗਾ ਭਗਵਾਨ ਕਦੇ ਨਾਈ ਨਾਈਏ ਦਾ ਸਿਰ ਮੁੰਨੀਆ ਪੈਸੇ ਥੋੜੇ ਲੈਂਦਾ, ਕਦੇ ਤਰਖਾਣ ਤਰਖਾਣੇ ਕੋਲਾ ਮਜ਼ੂਰੀ ਥੋੜੇ ਲੈਂਦੇ, ਧੋਬੀ ਧੋਬੀਆਂ ਕੋਲਾ ਥੋੜੇ ਲੈਂਦੇ, ਤੇ ਮਲਾਹ ਮਲਾਹੇ ਕੋਲਾ ਥੋੜੇ ਲੈਂਦੇ। ਲਕਸ਼ਮਣ ਸੀ ਸੋਚਣ ਲਗਾ ਅਸੀਂ ਮਲਾਹ ਬਣਾ ਲੈ। ਉਹਨੇ ਆਖਿਆ ਮਾਰੇ ਥੋੜਾ ਜਿਹਾ ਫਰਕ ਹੈ, ਮੈਂ ਗੰਗਾ ਹੀ ਕਾ ਮਾਂਝੀ ਹੂੰ, ਤੁਮ ਭਵ ਸਾਗਰ ਕੇ ਕੇਵਟ ਹੋ, ਮੈਂ ਨਹੀਂ ਹੈ ਤੁਮਕੋ ਪਾਰ ਪੀਆ, ਤੂੰ ਮੁਝਕੋ ਪਾਰ ਲਗਾ। ਭਗਵਾਨ ਮੈਂ ਗੰਗਾ ਦਾ ਮਲਾਹ ਤੇ ਤੂੰ ਭਵ ਸਾਗਰ ਦਾ ਮਲਾਹ ਹੈ, ਮੈਂ ਤੂੰ ਵੀ ਪਾਰ ਲੰਘਾਇਆ, ਤੂੰ ਵੀ ਪਾਰ ਲੰਘਾਈ ਉੜਿਆ।
ਰਾਮ ਜੀ ਸਮਝੀਏ ਤੇ ਬੜੀ ਲੰਮੀ ਫਰਮਾਇਸ਼ ਪਾਈ ਆ। ਆਖਣ ਲਗਾ ਵੀ ਜੇ ਤੁਸੀਂ ਜ਼ਰੂਰ ਗਏ ਕੁਛ ਦੇਣਾ ਹੋਗਾ ਨਾ, ਜੇ ਤੁਸੀਂ ਮੈਨੂੰ ਮਜ਼ੂਰੀ ਦੇਣੀ ਗਿਆ ਹੋਗਾ ਤੇ ਤੁਸੀਂ ਬਣਵਾਸ ਕੱਟੀ ਹੈ ਪਰਤੀ ਹੈ ਵੀ ਧਿਆਨ। ਫਿਰਤੀ ਬਾਰ ਮੋਹੀ ਜੋ ਦੇਵਾ ਸੋਈ ਪਰ ਸਾਧੂ ਮੈਂ ਸਿਰ ਧਰੀ ਲੇਵਾ। ਭਗਵਾਨ ਆਉਂਦੀ ਵਾਰੀ ਤੁਸੀਂ ਜੋ ਕਿਸ ਮਿਗੀ ਦੇ ਗਏ ਹੋ ਨਾ ਮੈਂ ਸਿਰ ਮੱਥੇ ਕਰ ਲੈ ਲਈ। ਸਾਈ ਪਾਈ ਆ ਵੀ ਆਉਂਦੇ ਮੇਰੀ ਕੇ ਪੀੜੀ ਕੋਲੇ ਲੰਘਣਾ ਹੈ। ਭਗਤ ਜਿਹੜੇ ਚਲਾਕ ਬਣੇ ਬੋਲ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਬੋਲ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਬੋਲ ਸ਼੍ਰੀ ਰਾਮ ਜੈ ਰਾਮ ਜੈ ਰਾਮ ਜੀ ਚਲੀਏ। ਰਿਸ਼ੀ ਮੁਨੀ ਕਨੇ ਮਿਲਦੇ ਗਿਲਦੇ ਚਿਤ੍ਰਕੂਟ ਪਰਬਤ ਉੱਪਰ ਚਲੀ। ਰੰਦੇ ਬੰਦੇ ਕਾਫੀ ਦਿਨ ਬੀਤੀਏ। ਉਧਰ ਪਿੱਛੂਆਂ ਜਿਲ੍ਹੇ ਰਾਮ ਜੀ ਘਰਾਂ ਟੁਰੀ ਆਏ ਹੈ ਤਾਂ ਘਰ ਕੋਈ ਵੀ ਜਾਗਤ ਨਾ ਹਾਂ। ਰਾਜੇ ਦਸ਼ਰਥ ਦੇ ਚਾਰ ਜਾਗਤ ਹੁੰਦੇ ਤੜਫੀ ਤੜਫੀ ਇਹ ਪ੍ਰਾਣ ਨਿਕਲੇ, ਕਸ਼ ਕੋਈ ਵੀ ਨਾ। ਭਰਤ ਤੇ ਸ਼ਤਰੂਗੁਣ ਨਨਿਆਲ ਗਏ। ਨਨਿਆਲ ਆਉਂਦੇ ਚਿਰ ਲੱਗਦਾ, ਜੇ ਲਿਆਏ ਪਤਾ ਲੱਗਾ ਵੀ ਰਾਜਾ ਮਰੀ ਆ ਦਸ਼ਰਥ, ਰਾਮ ਜੀ ਬਨਵਾਸ ਹੋਈ ਆ। ਭਰਤ ਦੀ ਆਪਣੀ ਮਾਂ ਕਕੇਈ ਉੱਪਰ ਬੜਾ ਦੁੱਖ ਹੋਇਆ ਕਿ ਮੇਰੀ ਮਾਂ ਨੇ ਮੇਰੇ ਲਈ ਕਲੰਕ ਬਣਾਈ। ਸ਼ਤਰੂਗੁਣ ਕਿਸ ਚੰਗਾ ਮਾੜਾ ਆਖਣਾ ਚਾਹੁੰਦੇ ਹੈ। ਭਰਤ ਨੇ ਆਖਿਆ ਕੁਸੇ ਕੱਖ ਨੀ ਆਖੋ, ਕੋਈ ਸਾੜੇ ਗਏ ਮੁਕੱਦਰ ਖਰਾਬ ਹੈ, ਅਯੋਧਿਆ ਵਾਸੀਆਂ ਨੇ ਗਏ ਕੋਈ ਸਾਰੇ ਭਾਗ ਕੁੱਟੇ ਦੇ ਹੈ। ਰਾਮ ਜਨਿਆ ਸਪੁੱਤਰ ਰਾਮ ਜਨਿਆ ਯੁਵਰਾਜ ਬਨਵਾਸੀ ਚਲੀ ਆ, ਕੋਈ ਅਸੀਂ ਰੋਕੀ ਨਹੀਂ ਸਕਿਆ। ਬੋਲ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਸ਼੍ਰੀ ਰਾਮ ਜੈ ਰਾਮ ਜੈ ਰਾਮ ਬੋਲ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਸ਼੍ਰੀ ਰਾਮ ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਸ਼੍ਰੀ ਰਾਮ ਜੈ ਰਾਮ ਜੈ ਰਾਮ ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਸ਼੍ਰੀ ਰਾਮ ਜੈ
ਅਸੀਂ ਮਰਨੇ ਦੇ ਬਾਅਦ ਮੁਕਤੀ ਮਿਲੇ ਕੋਈ ਸਕਦਾ ਨਹੀਂ ਮਿਲੇ। ਵੈਸੇ ਤਾਂ ਲੋਕ ਆਖਦੇ ਨਾ ਵੀ ਮਰੀਏ ਮੁਕਤੀ ਥੋਂਦੀ ਬੰਦੇ ਗੀ, ਉਹਨਾਂ ਕੋਈ ਸਕਦਾ ਮੁਕਤੀ ਨਹੀਂ ਮਿਲੇ ਮਰਨੇ ਦੇ ਬਾਅਦ। ਕਿੰਨੇ ਸੁਣ ਲਿਆ ਕੋਈ ਦੇਹਰੀ ਬਣੇ ਦੀ, ਕੋਈ ਭੂਤ ਬਣੇ ਦਾ, ਕੋਈ ਪ੍ਰੇਤ ਬਣੇ ਦਾ, ਉਹਦੀ ਮੁਕਤੀ ਨਹੀਂ ਨਾ ਹੋਈ ਤਾਂ ਗਏ ਕਿਸ ਬਣੇ। ਅਸੀਂ ਕਿ ਵੀ ਮਰਨੇ ਦੇ ਬਾਅਦ ਮੁਕਤੀ ਮਿਲੇ ਜਾਂ ਨਹੀਂ ਮਿਲੇ। ਵੈਸੇ ਅਗਰ ਅਸੀਂ ਜੀਂਦੇ ਹਾਂ ਤੇ ਜੀਂਦੇ ਜੀ ਅਸ ਮੁਕਤੀ ਵਾਲੇ ਪਾਸੇ ਚਲੀ ਜਾਂਦੇ, ਮੁਕਤੀ ਮੋਏ ਦੇ ਲਈ ਥੋੜੀ ਮਿਲਦੀ ਕੋਈ, ਮੁਕਤੀ ਤੇ ਬੰਦੇ ਕੀ ਜੀਂਦੇ ਜੀਂਦੇ ਮਿਲਦੀ। ਬੰਦਾ ਮੁਕਤ ਹੋਈ ਜਾ ਕਿਹਦੇ ਕੋਲ, ਆਲਸੇ ਕੋਲ, ਜਿਹੜਾ ਉਸ ਆਲਸ ਆਉਂਦਾ ਉਹਦੇ ਕੋਲ ਮੁਕਤ ਹੋਈ ਜਾ। ਬੰਦਾ ਮੁਕਤ ਹੋਈ ਜਾ ਨੀਂਦਰੇ ਕੋਲ, ਬੰਦਾ ਮੁਕਤ ਹੋਈ ਜਾ ਵਿਸ਼ੇ ਵਿਕਾਰੇ ਕੋਲ, ਮੁਕਤ ਹੋਈ ਜਾ ਸਜਨੇ ਦੁਸ਼ਮਣੇ ਕੋਲ, ਤਾਂ ਫਿਰ ਮਰੀਏ ਮੁਕਤੀ ਕੀ ਲੱਭਣੀ ਜੀਂਦੇ ਜੀਂਦੇ ਮੁਕਤੀ। ਮੈਂ ਕੱਲ ਇੱਕ ਗੱਲ ਸੁਣੀ ਬ੍ਰਹਮਪੁਰ ਵਾਲੇ ਪੂਜ ਬ੍ਰਹਮਚਾਰੀ ਜੀ ਸੁਣਾ ਕਰਦੇ ਸੀ। ਉਹਨੇ ਦੋ ਸ਼ਬਦ ਸੁਣਾਏ ਇਹਨਾਂ ਜੀਆਂ ਕਲੇਜੇ ਚ ਕੋਈ ਚੀਜ਼ ਖੁੱਭੀ ਜਾ ਨਾ ਇਹਨਾਂ ਉਹ ਮੇਰੇ ਅੰਦਰ ਗੱਲ ਖੁੱਭੀ ਹੈ। ਉਹਨੇ ਸੁਣਾਇਆ ਵੀ ਜਿਸ ਵੇਲੇ ਰਾਜਾ ਦਸ਼ਰਥ ਮਰੀ, ਰਾਜਾ ਦਸ਼ਰਥ ਦੇ ਮਰਨੇ ਪਰ ਰਾਮ ਬਨਵਾਸੀ ਚੱਲੀਏ ਦੇ ਲਕਸ਼ਮਣ ਬਨਵਾਸੀ, ਭਰਤ ਤੇ ਸ਼ਤਰੂਗੁਣ ਆਪਣੇ ਨਾਨਕੇ। ਜਿਸ ਵੇਲੇ ਭਰਤ ਸ਼ਤਰੂਗੁਣ ਆਏ ਰਾਜੇ ਦਸ਼ਰਥ ਦੇ ਸਰੀਰ ਗੀ ਕੌੜੇ ਤੇਲੇ ਚ ਪਾਈਏ ਉਹਨੇ ਰੱਖੇਗਾ, ਤੇ ਲਾਸ਼ ਜਿਹੜੀ ਹੈ ਬਦਬੂ ਨੀ ਛੰਡੀ ਉੜੇ, ਇਸ ਲਈ ਕੌੜੇ ਤੇਲੇ ਚ ਪਾਈ ਦੀ। ਪਰਥ ਜੀ ਆਏ, ਜੋ ਕੁਛ ਹੋਣਾ ਹਾਂ ਹੋਈਏ ਦਾ ਹਾਂ, ਹੁਣ ਸੰਸਕਾਰ ਕਰਨਾ। ਉਸ ਕੜੇ ਸੰਸਕਾਰ ਦੇ ਵਿੱਚ ਬੋਲ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ, ਬੋਲ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਸ਼੍ਰੀ ਰਾਮ ਜੈ। ਬੋਲ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ। ਹੁਣ ਸੰਸਕਾਰ ਕਰਨ ਲਈ ਰਾਜਾ ਦਸ਼ਰਥ ਦੀ ਲਾਸ਼ ਲਈ ਜਾ ਦੇ, ਚੰਦਨ ਦੀ ਚਿਤਾ ਬਣਾਈ ਸਰਜੂ ਨਦੀ ਦੇ ਕੰਢੇ, ਰਾਜੇ ਦਸ਼ਰਥ ਦੇ ਉੱਪਰ ਰੱਖਿਆ, ਰਾਣੀ ਕੁਸ਼ਲਿਆ ਨੇ ਭਰਤ ਸ਼ਤਰੂਗੁਣ ਦੇ ਸਿਰੇ ਪਰ ਹੱਥ ਫੇਰਿਆ, ਉਹਨੇ ਛਾਤੀ ਕਨੇ ਲਾਇਆ, ਆਖਣ ਲੱਗੀ ਬੱਚੂ
ਮੇਰਾ ਧੰਦੇ ਕਿੰਨਾ ਇੰਨਾ ਗਿਆ ਸੰਬੰਧ ਹਾਂ ਤਾਂ ਹੁਣ ਮੈਂ ਚਿਤਾ ਪਰ ਚੜ੍ਹਨ ਲੱਗੀ ਹਾਂ। ਮੈਂ ਆਪਣੇ ਪਤੀ ਲੋਕ ਹੀ ਚੱਲੀ ਪਰਥਨਾਥ ਜੋੜੇ ਆਖਣ ਲੱਗਾ ਮਾਂ ਮੈਂ ਤੂੰ ਹੀ ਰੋਕ ਹੀ ਨਹੀਂ ਸਕਦਾ ਜੇ ਤੂੰ ਚਲੀ ਹੈ ਪਤੀ ਲੋਕ ਚ ਮੈਂ ਤੁਗੀ ਰੋਕਣ ਦਾ ਹੱਕ ਨਹੀਂ ਰੱਖਦਾ। ਵੈਸੇ ਇੱਕ ਤੁਸੀਂ ਮੈਂ ਗੱਲ ਆਖਣਾ ਤੇ ਤੂੰ ਤੇ ਮਾਤਾ ਸੁਮਿਤਰਾ ਜਿਸ ਵੇਲੇ ਰਾਜੇ ਦਸ਼ਰਥ ਕੋਲ ਜੀ ਇਹ ਮਿਲ ਗਈਆਂ ਤੇ ਤੁਹਾਡੇ ਕੰਨੇ ਕੰਨੇ ਦੇਖਾ ਦੇਖੀ ਮੇਰੀ ਮਾਊਕ ਗਈ ਨੇ ਵੀ ਚੜੀ ਆ ਇਸ ਕਕਈ ਗਈ ਰਾਜਾ ਦਸ਼ਰਥ ਜੀਂਦੇ ਜੀ ਮੂੰਹ ਦੇਖਣਾ ਨਾ ਜਾਂਦਾ ਤੇ ਜਿਲ੍ਹਾ ਮੋਇਰ ਇਹ ਮੂੰਹ ਦੱਸੋ ਤੁਸੀਂ ਕਿੰਨਾ ਰੋ ਚੜੋ। ਇਸ ਲਈ ਉਸ ਇਸੀ ਲਈ ਹੈ ਮੇਰੇ ਪਿਤਾ ਜੀ ਦਾ ਤੁਸੀਂ ਮੂਡ ਖਰਾਬ ਕਰਨਾ। ਤੇ ਮਾਂ ਇੱਕ ਗੱਲ ਹੋਰ ਹੈ ਗੱਲ ਮੈਂ ਨਹੀਂ ਸੁਣਾਦਾ ਗੱਲ ਬ੍ਰਹਮਚਾਰੀ ਜੀ ਸੁਣਾ ਕਰ ਮੈਂ ਉਹਦੇ ਸ਼ਬਦ ਤੁਸੀਂ ਸੁਣਾ ਕਰ ਆਖ ਲਗਾ ਇੱਕ ਗੱਲ ਹੋਰ ਹੈ ਮਾਂ ਇਹ ਜਿਹੜਾ ਸਾਡਾ ਪਿਤਾ ਮਰੀ ਆ ਤੇਰਾ ਪਤੀ ਹੈ ਤੇ ਸਾਡਾ ਪਿਓ ਹੈ ਇਹ ਮਰੀ ਆ ਤੇ ਤੂੰ ਜਿੰਦੇ ਜੀ ਸੜੀਏ ਮਰੀਏ ਉੱਪਰ ਪਤੀ ਲੋਕ ਚਿਹਰੇ ਕੰਨੇ ਮਿਲਣਾ ਤੇ ਕੀ ਨਹੀਂ ਤੁਸ ਦਰੇ ਜਣੀਆਂ ਅਸੀਂ ਦੋਨੇ ਵੀ ਗੋਦੀ ਚ ਪਾਈ ਲੈਂਦੀ ਹੈ ਤੇ ਤੁਸ ਚਿਤਾ ਚ ਚੜੀ ਜਾਓ ਤੁਸ ਆਪਣੇ ਖਸਮੇ ਹੀ ਮਿਲ ਲਏ ਹੋ ਅਸ ਆਪਣੇ ਬੱਬੇ ਹੀ ਮਿਲ ਲੈ ਗਏ ਬੋਲਿਆ ਕੁਸ਼ਲਿਆ ਦਾ ਦਿਲ ਜਿਹੜਾ ਕੰਬੀ ਆ ਤੇ ਦੋ ਤੇ ਤੁਰੀ ਏ ਬਨਵਾਸੇ ਤੇ ਐਸਾ ਨਹੀਂ ਹੋਇਆ ਵੀ ਮੈਂ ਜ਼ਬਰਦਸਤੀ ਜਿਦਾ ਪਰ ਚੜ੍ਹਾਂ ਦੇ ਭਰਤ ਬੜਾ ਠੀ ਹੈ ਇਹ ਪਿੱਛੇ ਛਾਲ ਮਾਰੀ ਦੇ ਇੱਥੇ ਮਰੀ ਜਾਊਂਗਾ ਕੁਸ਼ਲਿਆ ਆਖਣ ਲੱਗੀ ਭਰਤ ਤੂੰ ਬੜਾ ਨੀਤੀ ਕੁਸ਼ਲ ਹੈ ਪਰ ਬੱਚੂ ਨੂੰ ਸਲਾਹ ਦੱਸ ਮੈਂ ਕੀ ਕਰਾਂ ਉਹਨੇ ਆਖਿਆ ਮਾਂ ਜਿਸ ਮਾਂ ਦਾ ਪੁੱਤਰ ਰਹੀ ਜਾ ਤੇ ਖਸਮ ਮਰੀ ਜਾ ਉਹ ਮਾਂ ਸੁਹਾਗਣ ਗਿਆ ਕਿਉਂਕਿ ਪੁੱਤਰ ਤੇ ਪਿਤਾ ਚ ਫਰਕ ਕੋਈ ਨਹੀਂ ਹੁੰਦਾ ਪੁੱਤਰ ਹੋਇਆ ਧੀ ਹੋਇਆ ਜਿਹੜਾ ਕੋਈ ਬੱਚੀ ਬੱਚਾ ਉਹਦੇ ਵਿੱਚ ਤੇ ਉਹਦੇ ਬੱਬੇ ਚ ਫਰਕ ਨਹੀਂ ਹੁੰਦਾ ਕਿਉਂਕਿ ਉਹ ਬੱਚਾ ਉਸ ਸੂਨ ਕੰਨੇ ਬਣੇ ਦਾ ਹੁੰਦਾ ਇਸ ਨਾਤੇ ਜਿਹੜੇ ਤੇਰੇ ਪੁੱਤਰ ਨੂੰ ਚਾਰ ਇਹ ਉਸੇ ਦਸ਼ਰਥ ਦੇ ਖੂਨ ਕੰਨੇ ਬਣੇ ਦੇ ਜੇ ਤੂੰ ਉਸੀ ਤੇ ਦੇਖਣਾ ਇਹਨੇ ਮਰੀਏ ਰਾਜੇ ਦਸ਼ਰਥ ਕੀ ਮਿਲਣਾ ਤੇ ਕਦੇ ਜਿੰਦੇ ਜਿੰਦੇ ਜਿਸ ਦਸ਼ਰਥ ਦੇ ਪ੍ਰਾਣ ਜਿਸ ਰਾਮ ਦੇ ਪਿੱਛੇ ਨਿਕਲੇ ਦਸ਼ਰਥ ਦੇ ਪ੍ਰਾਣ ਨਿਕਲਣੇ ਦਾ ਕਾਰਨ ਕਿਹਾ ਵੀ ਉਹ ਰਾਮ ਦੀ ਚੇਤਾ ਕਰੀ ਕਰੀਏ ਰਾਮ ਦੇ ਪਿੱਛੇ ਪ੍ਰਾਣ ਨਿਕਲ ਰਾਮ ਰਾਮ ਆਖਦੇ ਆਖਦੇ ਪੂਰੇ ਪ੍ਰਾਣ ਰਾਮ ਦੇ ਪਿੱਛੇ ਉਹਨੇ ਆਖਿਆ ਜਿਸ ਰਾਮ ਦੇ ਪਿੱਛੇ ਉਹਦੇ ਪ੍ਰਾਣ ਨਿਕਲੇ ਨਾ ਤੇ ਤੂੰ ਕੀ ਨੀ ਉਸੇ ਕਦੇ ਰਾਮ ਕੋਲ ਚੱਲਦੀ ਤੁਸੀਂ ਵੀ ਤੈ ਜਾਣੀਆਂ ਚਲੋ ਤੇ ਅਸ ਵੀ ਚੱਲਣੇ ਆ ਦੋਏ ਭਰਾ ਮਾਤਾ ਰਾਮ ਵਾਪਸ ਆਈ ਜਾ ਜੇ ਨਹੀਂ ਵੀ ਆਵੇ ਤੇ ਕਮ ਸੇ ਕਮ ਉਸੀ ਦਿਖੀਏ ਅੱਖੀ ਤੇ ਆਪਣੀਆਂ ਖੁਸ਼ ਕਰ
ਕੁਸ਼ਲਿਆ ਨੇ ਚਿਤਾ ਪਰ ਚੜ੍ਹਨ ਛੋੜੀ ਉੜਿਆ ਔਰ ਰਾਮ ਜੀ ਦੇ ਪਿੱਛੇ ਚਲੇ। ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਰਾਮ ਜੈ ਰਾਮ ਜੈ ਕੁਸ਼ਲਿਆ ਸੁਮਿਤਰਾ ਕਕੇਈ ਭਰਤ ਸ਼ਤਰੁਗੁਨ ਸੁਮੰਤਰ ਹੋਰ ਜਿੰਨੇ ਵੀ ਲੱਗੇ ਵੱਧੇ ਸਾਰੇ ਦੇ ਸਾਰੇ ਰਾਮ ਜੀ ਕੀ ਲੈਣ ਤੋਂ ਜਿੰਦੇ ਜਿੰਦੇ ਰਸਤੇ ਚ ਜਾ ਦੇਖੇ ਰਸਤੇ ਦੇ ਵਿੱਚ ਮਲਾਟੀ ਹੋਈ ਕੋਹਦੇ ਕਹਿੰਦੇ ਜਿੱਧਰੇ ਜਿੱਧਰੇ ਰਾਮ ਜੀ ਗਏ ਰਹੇ ਨਾ ਉਸ ਉਸ ਰਸਤੇ ਦੇ ਵਿੱਚ ਪਥ ਜਿਹੜਾ ਹੀ ਲੋਟਣੀਆਂ ਲੈਂਦਾ ਜਾ ਜਿੱਥੇ ਰਾਮ ਨੇ ਪੈਰ ਰੱਖੇ ਰਹਾ ਉੱਥੇ ਆਪਣਾ ਮੱਥਾ ਰੱਖੇ ਜਗ੍ਹਾ ਬੰਨਦੇ ਬੰਨਦੇ ਜਾ ਕੇ ਰਸਤੇ ਚ ਰਾਜਾ ਨਿਸ਼ਾਦ ਰਾਜ ਗੋਪਾ ਉਹਨੇ ਦੇਖਿਆ ਵੀ ਪਰਸ ਜਾ ਕਰਦਾ ਹੈ ਰਾਮ ਕੋਲ ਤੇ ਐਸਾ ਨੀ ਹੈ ਵੀ ਅਸੀਂ ਖਰੇੜਨ ਜਾ ਰਹੇ ਵੀ ਜੰਗਲੇ ਚ ਨੀ ਰਹਿੰਦੇ ਹਾਂ ਉਹਨੇ ਕਿਹਾ ਵੀ ਪਰਸ ਹੀ ਫਗੜ ਲਓ ਤੇ ਮਾਰੀ ਲਓ ਸੀ ਇੱਕ ਸਿਆਣਾ ਬੁੱਢਾ ਅੱਖ ਹੋਇਆ ਕਿ ਨਹੀਂ ਲੱਗਦਾ ਪਰਸ ਕਹਿੰਦੇ ਜਨਾਨੀਆਂ ਵੀ ਹੈ ਇਹ ਜਿਹੜੀ ਚਿੱਟੇ ਦੁਪੱਟੇ ਵਾਲੀਆਂ ਜਨਾਨੀਆਂ ਨੇ ਐਸਾ ਨੀ ਹੋਈ ਮਾਵਾਂ ਤੇ ਤੁਸੀਂ ਕਰੋ ਤੇ ਪਹਿਲਾਂ ਪਤਾ ਲਈ ਲਓ ਵੀ ਪਰਥ ਦਾ ਬਚਾ ਕੇ ਪਰਥ ਰਾਮ ਕੰਨੇ ਲੜਨ ਨਹੀਂ ਜਾ ਕਰਦਾ ਜਾਂ ਰਾਮ ਦੇ ਦਰਸ਼ਨ ਵੀ ਜਾ ਕਰਦਾ ਉਸ ਪਹਿਲਾਂ ਤਿਆਰੀ ਹੋਈ ਉਹਨੇ ਛਾਬੜੀ ਦੇ ਵਿੱਚ ਫਲ ਪਾਈ ਲਏ ਕੰਨੇ ਮੱਛੀਆਂ ਪਾਈ ਲਈਆਂ ਕੰਨੇ ਇੱਕ ਗੌ ਜਿਹੜੀ ਹੈ ਸੂਈ ਦੀ ਪਰਥ ਜੀ ਨੇ ਉਹਦੇ ਵਿੱਚ ਫਲ ਚੁੱਕੀ ਲਏ ਗੌ ਤੇ ਮੱਛੀਆਂ ਇਹਦੀਆਂ ਨੇ ਪਾਸੇ ਲਈ ਫਲ ਜਿਹੜੇ ਸਤੋਗੁਣ ਹੈ ਗੌ ਰਜੋਗੁਣ ਹੀ ਪਰ ਮੱਛੀਆਂ ਤਮੋਗੁਣ ਦਾ ਪ੍ਰਤੀਕ ਵੈਸੇ ਸਾੜੇ ਅਗਰ ਤੁਸੀਂ ਕੰਮ ਜਾ ਕਰਦੇ ਹੋ ਤੇ ਸਾਹਮਣੇ ਕੋਈ ਆਦਮੀ ਮੱਛੀ ਲਈ ਆਇਆ ਕਰਦਾ ਸਮਝਣਾ ਤੁਹਾਡਾ ਕੰਮ ਬਣੀ ਜਾ ਮੱਛੀ ਦਾ ਦਰਸ਼ਨ ਜਿਹੜਾ ਉਹ ਸ਼ੁਭ ਮੰਨਿਆ ਜਾਂਦਾ ਕੋਈ ਆਦਮੀ ਦੁੱਧ ਵਾਲੀ ਬਾਲਟੀ ਲਈ ਆਇਆ ਕਰਦਾ ਸਮਝੋ ਤੁਹਾਡਾ ਕੰਮ ਜਿਹੜਾ ਉਹਦੇ ਬਣਨੇ ਦੇ ਆਸਾਰ ਤੁਹਾਡਾ ਰਸਤਾ ਨਿਓਲ ਕੱਟੀ ਜਾ ਨਿਓਲੇ ਦੇ ਦਰਸ਼ਨ ਹੋਈ ਜਾਣ ਸਮਝਣਾ ਆਸਾਰ ਅੱਛੀ ਤੁਸੀਂ ਕਾਲਾ ਪੁੱਤਰ ਬੋਲਦਾ ਸਨੋਚੀ ਜਾ ਘਰ ਨਿਕਲਦੇ ਤਾਂ ਕੰਮ ਬਣੀ ਜਾਣਾ ਮਤਲਬ ਕੁਝ ਐਸੇ ਲਕਸ਼ਣ ਦੱਸੇ ਦੇ ਸਾਡੇ ਬਜ਼ੁਰਗ ਇਹਾਂ ਕਿਸੇ ਦੀ ਕੋਈ ਗੱਲ ਕਰਨੇ ਕੋਲਾ ਉਹਦੇ ਹੱਥ ਪੈਰ ਲਾਣੇ ਕੋਲਾ ਅਸ ਅੰਦਾਜ਼ਾ ਕਰ ਲੈਂਦੇ ਵੀ ਬੰਦਾ ਕੀ ਚਾਹੁੰਦਾ ਹੋ
ਮਤਲਬ ਲੋਕ ਗੱਲਾਂ ਕਰਦੇ ਨਾ ਵੀ ਅਸ ਫਲਾਣੀ ਜਗ੍ਹਾ ਬੈਠੇ ਸ਼ਾਸਤਰੀ ਨੇ ਸਾਡੇ ਮਨ ਦੀ ਗੱਲ ਫੜਫੜ ਬੁੱਝੀ ਲਈ, ਮਨ ਦੀ ਗੱਲ ਨਹੀਂ ਬੁੱਝੀ ਲਈ। ਜਿਲ੍ਹੇ ਕੋਈ ਬੰਦਾ ਬੈਠਾ ਤਾਂ ਉਹਦੇ ਬਹੁਣ ਦਾ ਅੰਦਾਜ਼ ਕੀ ਹੈ, ਉਹ ਚਾਪੀ ਮਾਰੀਏ ਬੈਠਾ, ਉਹ ਗੋਡੇ ਪਰ ਹੱਥ ਰੱਖੀਏ ਬੈਠਾ, ਉਹ ਸਿਰਾ ਪਰ ਹੱਥ ਰੱਖੀਏ ਬੈਠਾ, ਤਾਂ ਕਿਹੜਾ ਆਦਮੀ ਕਿਸ ਚੱਲ ਨੀ ਬੈਠਾ ਤੇ ਕੀ ਸੋਚਿਆ ਦਾ ਹੋਊਗਾ, ਇੱਕ ਸਾਈਕੋਲੋਜੀ, ਔਰ ਫਿਰ ਉਹਦੇ ਮੁਤਾਬਿਕ ਗੱਲ ਕਰਨੀ। ਇਹ ਕੋਈ ਮੰਤਰ ਨਹੀਂ ਹੁੰਦੇ। ਪਤਾ ਗੱਲ ਕਰਿਆ ਕਰਦਾ ਹਾਂ, ਇਹ ਭਰਥ ਜੀ ਨੇ ਜਿਸਲੇ ਫਲ ਚੁੱਕੀ ਲੇ ਤਾਂ ਗੁਰੂ ਸਹੀ ਕਰੀ ਆ ਕਿ ਨਹੀਂ ਭਾਈ ਇਹਦੀ ਆਪੂ ਚ ਆਣ ਬਣ ਕੋਈ ਨਹੀਂ ਹੈ, ਇਹ ਚਾਹੁੰਦਾ ਹੈ, ਚੱਲੀਏ ਮਿਲਣੇ ਵਾਸਤੇ। ਰਾਮ ਜੀ ਕੋਲ ਗਏ ਤੇ ਕੁਸ਼ਲ ਲਿਆ ਰਾਮ ਵਾਲੇ ਪਾਸੇ, ਦਿਖੀ ਜਾ ਰਹੀ ਦਿਖੀ ਜਾ ਰਹੀ, ਭਰਥ ਮਿਲਿਆ, ਗਲੇ ਮਿਲੇ, ਕਿਸ ਹੋਇਆ, ਬੜੀਆਂ ਗੱਲਾਂ ਹੋਈਆਂ। ਲੇਕਿਨ ਕੁਸ਼ਲਿਆ ਕੀ ਕਰਿਆ ਰਹੀ ਕਿ ਰਾਮ ਜੀ ਦਿਖੀ ਜਾ ਕਰਦੀ ਔਰ ਗੱਲਬਾਤ ਕੋਈ ਨਹੀਂ ਕਰਦੀ। ਰਾਮ ਜੀ ਦਿਖਣਾ ਕਿੱਥੋਂ ਸ਼ੁਰੂ ਕੀਤਾ? ਰਾਮ ਜਿਸ ਰੋਜ ਕੁਸ਼ਲਿਆ ਦੇ ਗਰਭ ਵਿੱਚ ਆਇਆ ਉਸ ਰੋਜ ਕੋਲਾ ਦਿਖਣਾ ਸ਼ੁਰੂ ਕਰੇ, ਤੇ ਇਹ ਗਰਭ ਦੇ ਵਿੱਚ ਜਿਸ ਵੇਲੇ ਆਇਆ ਉਸ ਵੇਲੇ ਮੇਰੀ ਕੀ ਦਸ਼ਾ ਸੀ, ਇਹਦੇ ਪਿਤਾ ਦੇ ਕੀ ਦਸ਼ਾ ਸੀ, ਫਿਰ ਇਹ ਗਰਭ ਵੱਡਾ ਕਿਵੇਂ ਹੋਇਆ, ਇਹਦਾ ਜਨਮ ਕਿਵੇਂ ਹੋਇਆ, ਇਹ ਜਵਾਨ ਕਿਵੇਂ ਹੋਇਆ, ਇਹ ਚਲੀ ਕਿਵੇਂ ਹੋਇਆ, ਤਾਂ ਉਸ ਗੀਤ ਜਿਹੜਾ ਉਹ ਐਨਾਲਿਸਿਸ ਕਰਿਆ ਕਰਦੀ ਹੈ ਉਹਦੇ ਵਿੱਚ ਉਸੀ ਪੂਰਾ ਰਾਜਾ ਦਸ਼ਰਥ ਜਿਹੜਾ ਨਾ ਉਹਦਾ ਚਰਿੱਤਰ ਚਿੱਤਰਣ ਲੱਗਾ। ਤਾਂ ਕੁਸ਼ਲਿਆ ਭਰਥ ਵਾਲੇ ਪਾਸੇ ਦੇਖੀਏ ਤੇ ਸਿਰ ਚੁਕਾਈ ਹੁੰਦੀ, ਭਰਥ ਜੇ ਕਦੇ ਤੂੰ ਵੀ ਉਸ ਵੇਲੇ ਨਹੀਂ ਰੋਕਦਾ ਤੇ ਮੈਂ ਚਿਤਾ ਪਰ ਚੜੀ ਆਪਣਾ ਸਰੀਰ ਭਸਮ ਕਰੀ ਉੱਡਦਾ ਹਾਂ, ਲੇਕਿਨ ਮੈਂ ਇਹਦੇ ਦਰਸ਼ਨ ਨਹੀਂ ਕਰਦਾ ਔਰ ਮਰਨੇ ਦੇ ਕੰਨੇ ਉਹ ਲਾਭ ਨਹੀਂ ਜਿਹੜਾ ਲਾਭ ਜੀਨੇ ਕੰਨੇ, ਬਸ਼ਰਤੇ ਕੋਈ ਜੀਨੇ ਦਾ ਢੰਗ ਜਾਣਦਾ। ਮਰਨੇ ਕੰਨੇ ਉਹ ਲਾਭ ਨਹੀਂ, ਲਾਭ ਜੀਨੇ ਕੰਨੇ, ਬਸ਼ਰਤੇ ਕੋਈ ਆਦਮੀ ਜੀਨੇ ਕਲਾ ਜਾਂਦੇ, ਔਰ ਜੀਨੇ ਕੰਨੇ ਕੋਈ ਲਾਭ ਨਹੀਂ, ਲਾਭ ਮਰਨੇ ਕੰਨੇ, ਬਸ਼ਰਤੇ ਕੋਈ ਮਰਨੇ ਦਾ ਮੁੱਲ ਪਛਾਣ। ਜੇਕਰ ਮੇਰੇ ਮਰਨੇ ਕੰਨੇ 100-50 ਆਦਮੀ ਬਚੀ ਸਕਦੇ ਤਾਂ ਮੈਨੂੰ ਮਰਨਾ ਚਾਹੀਦਾ, ਔਰ ਮੇਰੇ ਜੀਨੇ ਕੰਨੇ 100-50 ਜੀਏ ਕਰਦੇ ਨੇ ਤਾਂ ਮੈਨੂੰ ਜੀਣਾ ਚਾਹੀਦਾ। ਮੇਰਾ ਜੀਣਾ ਔਰ ਮੇਰਾ ਮਰਨਾ ਇਹ ਮੇਰੀ ਖਾਤਰ ਨਹੀਂ ਹੋਇਆ ਬਲਕਿ ਸਮਾਜ। ਤਾਂ ਕੁਸ਼ਲਿਆ ਸਾਰੇ ਹੱਥ ਕੀਤਾ ਕਿ ਵਾਪਸ ਚਲੀ ਜਾਣਾ ਚਾਹੀਦਾ। ਮਾਤਾ ਕਈ ਆਖਣ ਲੱਗੀ, ਮੈਂ ਆਖਿਆ ਨਹੀਂ ਬੱਚੂ ਵਾਪਸ ਨਹੀਂ ਜਾਣਾ, ਤੂੰ ਆਰੀ ਪੁੱਤਰੇ, ਅਗਰ ਤੂੰ ਵਾਪਸ ਚਲੀ ਜਾਏਗਾ ਨਾ ਤਾਂ ਤੇਰਾ ਜਿਹੜਾ ਮੋਏ ਦਾ ਪਿਓ ਦਸ਼ਰਥ ਹੈ ਉਹਦੀ ਰੂਹ ਹੈਗੀ ਦੁੱਖ, ਕਿਉਂਕਿ ਉਸਨੇ ਤੁਸੀਂ 14 ਸਾਲ ਲਈ ਬਨਵਾਸ ਭੇਜਿਆ ਹਾ, ਔਰ ਤੂੰ ਅਗਰ ਜਲਦੀ ਚਲੀ ਜਾਏਗਾ ਤੁਸੀਂ ਦੁੱਖ ਨਹੀਂ ਹੈ। ਮਾਂ ਆਪਣੇ ਪੁੱਤਰ ਕੀ ਕਰਮ ਪਥ ਕੋਲਾ ਥੱਲੇ ਨਹੀਂ ਡਿਗਾਉਣਾ ਚਾਹੀਦਾ। ਮਾਂ ਚਾਹੁੰਦੀ ਹੈ ਕਿ ਮੇਰਾ ਪੁੱਤਰ ਜਿਹੜਾ ਇਹ ਆਪਣੇ ਸਹੀ ਕਰਮ ਉੱਪਰ ਲੱਗਾ ਰਹੇ। ਤਾਂ ਮੈਂ ਤੁਹਾਡੇ ਕੰਨੇ ਬਿਨਾਂ ਮਤਲਬ ਦੇ ਗਿਆ ਮੈਂ ਖੁਦ ਛੇੜੀ ਉੜੀ ਔਰ ਚਰਚਾ ਕਰੀ ਜਾ ਕਰਦਾ ਹਾਂ। ਵੈਸੇ ਤਾਂ ਪਰਮਾਤਮਾ ਦੀ ਕਿਰਪਾ ਹੈ ਤੇ ਸਤਸੰਗ ਜਿਹੜਾ ਦਿਨ ਵੀ ਹੁੰਦਾ ਰਹਿੰਦਾ ਤੇ ਰਾਤ ਵੀ ਹੁੰਦਾ ਰਹਿੰਦਾ, ਔਰ ਸ਼ਾਇਦ ਅੱਜ ਦਾ ਜਿਹੜਾ ਸਤਸੰਗ ਹੈ
ਇਹ ਵੀ ਰਾਤ ਭਰ ਚੱਲਦਾ ਰਹੇ ਕਿਉਂਕਿ ਕੋਈ ਪਰਮਾਤਮਾ ਵਾਲੇ ਪਾਸੇ ਅੱਗੇ ਗੱਲ ਹੈ ਕਿ ਜਿੱਥੇ ਮੀਂਹ ਹੋ ਉੱਥੇ ਬਿਸਤਰਾ ਛੜਾ ਮੇਰੇ ਲਈ ਹੁੰਦਾ, ਜਿਹੜੇ ਬਾਕੀ ਵਾਲੇ ਹੁੰਦੇ ਉਹਨੇ ਫਿਰ ਜਗਾੜ ਖਾਣਾ ਹੀ ਹੁੰਦਾ, ਇਸ ਲਈ ਸਵਾਈ ਕੀਰਤਨ ਕਰਨ ਦੇ ਵਿਚਾਰਾਂ ਦੀ ਕੀ ਹੁੰਦਾ ਭਾਈ। ਅੱਜ ਦਾ ਕੀਰਤਨ ਜਿਹੜਾ ਉਹ ਵੀ ਜਿੰਨਾ ਚਿਰ ਮੈਂ ਇੱਥੇ ਰਹੂੰ ਇੰਨਾ ਚਿਰ ਸ਼ਾਇਦ ਹੁੰਦਾ ਰਹੇ, ਹੋਈ ਸਕਦਾ ਮੈਂ ਸਹੀ ਗਿਆ ਨਹੀਂ ਸਕਦਾ। ਬਾਲ ਕ੍ਰਿਸ਼ਨ ਲਾਲ ਕੀ ਸਰਵ ਸੰਤਮ ਸਤ ਸਨਾਤਨ ਧਰਮ, ਜਿਹਨੇ ਸੱਜਣੇ ਰੋਟੀ ਖਾਣੀ ਹੈ ਤਾਂ ਮੇਰੀ ਸਲਾਹ ਹੈ ਤੇ ਕੰਨੇ ਪ੍ਰਾਰਥਨਾ ਹੈ, ਪੇਟ ਨਾਲ ਪਈਆਂ ਰੋਟੀਆਂ ਤੇ ਸਭ ਗੱਲਾਂ ਇਸ ਲਈ ਤੁਸੀਂ ਰੋਟੀ ਖਾਈ ਲਓ, ਉਹ ਸੁਣਨੇ ਵਾਲੇ ਨੇ ਜਾਂ ਉਹ ਗਾਣੇ ਵਾਲੇ ਨੇ ਬੋਲਣੇ ਵਾਲੇ ਨੇ, ਇਸ ਲਈ ਸਾਰੇ ਸੱਜਣ ਥੋੜੀ ਜਿਹੀ ਪਰਲੇ ਪਾਸੇ ਹੋਈ ਹੈ ਰੋਟੀ ਖਾਈ ਲਓ, ਉਹਦੇ ਬਾਅਦ ਵਿੱਚ ਸਤਸੰਗ ਜਿਹੜਾ ਹੈ ਉਹ ਸੁਣਿਆ ਜਾ। ਬੋਲ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ, ਬੋਲ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ, ਬੋਲ ਸ਼੍ਰੀ ਰਾਮ ਜੈ ਰਾਮ ਜੈ ਪਰ ਥੱਕਣ ਲਗਾ ਕਿ ਮੈਂ ਉੱਥੇ ਗਿਆ ਰਹਾਂ ਨਾ ਜਿੱਥੇ ਰਾਮ ਜੀ ਰਹੋ, ਯਹਾਂ ਰਾਮ ਤਹਾਂ ਅਵਧ ਨਿਵਾਸ, ਜਿੱਥੇ ਰਾਮ ਜੀ ਰਹੋਂਗਨ ਉੱਥੇ ਗਾ ਅਯੋਧਿਆ ਹੈ। ਭਰਥ ਜੀ ਕੰਨੇ ਜੇ ਲੋ ਜਾਣ ਲੱਗੇ ਉਹਦੇ ਕੰਨੇ ਰਾਣੀਆਂ ਤ੍ਰੈ ਮਾਵਾਂ ਹੀ ਜਿਹੜੀ ਉਹਦੀਆਂ ਘਰਵਾਲੀਆਂ ਹੋਰ ਵਜ਼ੀਰ ਦੀਵਾਨ ਰਿਸ਼ਤੇ ਨਾਤੇ ਸਾਰੇ ਰਾਮ ਜੀ ਕੰਨੇ ਮਿਲੇ, ਇਹ ਗੱਲ ਆਖੀ ਮਹਾਰਾਜ ਪਰਤੀ ਹੈ ਘਰ ਤੁਰੀ ਪਵੋ। ਆਖਣ ਲੱਗੇ ਹੁਣ ਮੈਂ ਘਰ ਨਹੀਂ ਜਾ, ਮੈਂ 14 ਸਾਲ ਪੂਰੇ ਕਰੀਏ ਫਿਰ ਜਾਣਾ। ਉਹਨੇ ਆਖਿਆ ਤਾਂ ਰਾਜ ਕੌਣ ਚਲਾ, ਜੇ ਤੁਸੀਂ ਨਹੀਂ ਜਾਣਾ ਤਾਂ ਮੈਂ ਵੀ ਨਹੀਂ ਜਾਣਾ। ਰਾਮ ਜੀ ਨੇ ਆਪਣੀਆਂ ਖੜਾਵਾਂ ਭਰਥ ਵੀ ਦਿੱਤੀਆਂ, ਤੂੰ ਇਹ ਖੜਾਵਾਂ ਲਈ ਜਾ, ਮੇਰੀ ਤਰਫਾਂ ਦਾ ਇਹਨੇ ਵੀ ਗੱਦੀ ਉੱਪਰ ਬਾਹ ਲੈਂਦੇ ਆ। ਭਰਥ ਖੜਾਵਾਂ ਲਈਏ ਚੱਲਿਆ ਔਰ 14 ਸਾਲ ਆਪਣੇ ਭਰਾਊ ਦੀਆਂ ਖੜਾਵੇਂ ਦੀ ਗੱਦੀ ਉੱਪਰ ਭਾਲੀਏ ਫਿਰ ਰਾਜਪਾਲ, ਕਦੇ ਅੱਜ ਮੌਕਾ ਲੱਗੀ ਜਾ ਭਰਾਊ ਗੀ। 14 ਸਾਲ ਦੇ ਬੜੇ ਹੁੰਦੇ, ਮੇਰਾ ਖਿਆਲ ਹੈ 14 ਦਿਨੇ ਚ ਕੁਦੇ ਉਹ ਅੰਦਰਾਜ ਕਰਾਈ ਲੈ ਸੀ, ਇੰਤਕਾਲ ਸਾਰੇ ਆਪਣੇ ਨਾਲ ਕਰਾਈ। ਉਹਦੇ ਜੀਵਨ ਕੋਲ ਇੱਕ ਸ਼ਿਕਸ਼ਾ ਮਿਲਦੀ ਹੈ, ਅਸੀਂ ਕੀ ਕਰਨਾ ਕੀ ਚਾਹੀਦਾ, ਜੋ ਕੁਝ ਉਹਨੇ ਕੀਤਾ ਨਾ
ਉਹਨੇ ਬਿਲਕੁਲ ਮਾਪੀ ਤੋਲੀ ਦੀਆਂ ਗੱਲਾਂ ਕੀਤੀਆਂ, ਉਹਦੇ ਵਿੱਚ ਕੋਈ ਵੀ ਪੁਲਾਰ ਕੋਈ ਗੁੰਜਾਇਸ਼ ਨਹੀਂ ਸੀ। ਰਾਮ ਜੀ ਜੰਗਲ ਚ ਸੰਤੇ ਮਹਾਂਪੁਰਸ਼ੀਆਂ ਦੇ ਦਰਸ਼ਨ ਕਰਦੇ ਰਹੇ। ਇੱਕ ਦਿਨ ਰਾਮ ਜੀ ਆਖਣ ਲੱਗੇ, ਸੀਤਾ ਭਰਦਵਾਜ ਰਿਸ਼ੀ ਦੇ ਆਸ਼ਰਮ ਗਏ, ਅਤਰੀ ਰਿਸ਼ੀ ਦੇ ਆਸ਼ਰਮ ਨਹੀਂ ਗਏ, ਤੁਸੀਂ ਪਤਾ ਹੈ ਇਹ ਦੁਨੀਆਂ ਦੀ ਸਾਰੇ ਕੋਲਾਂ ਵੱਡੀ ਸਤੀ ਮਾਤਾ ਅਨਸੂਯਾ ਹੈ, ਮਾਤਾ ਅਨਸੂਯਾ ਕੋਲ ਚਲੋ, ਅਤਰੀ ਰਿਸ਼ੀ ਦੇ ਕੋਲ ਜਾਈਏ, ਆਸ਼ੀਰਵਾਦ ਲੈਣੇ ਆ। ਜਿਲੇ ਜਾਣ ਲਈ ਪੀ ਬੋਲ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਬੋਲ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਬੋਲ ਸ਼੍ਰੀ ਰਾਮ ਜੈ ਰਾਮ ਜੈ ਸੀਤਾ ਰਾਮ ਤੇ ਲਕਸ਼ਮਣ ਅਨਸੂਯਾ ਕੋਲ ਚਲੀ। ਜਿਹਾ ਪ੍ਰਣਾਮ ਕੀਤਾ ਜਾਈਏ, ਅਨਸੂਯਾ ਨੇ ਮਾਤਾ ਸੀਤਾ ਇੱਕ ਗਲੇ ਲਾਇਆ। ਸੀਤਾ ਆਖਣ ਲੱਗੀ, ਮਾਂ ਮੇਰੀ ਸ਼ਿਕਸ਼ਾ ਦਿਓ। ਅਨਸੂਯਾ ਆਖਣ ਲੱਗੀ, ਸੀਤਾ ਤੁਸੀਂ ਕਿਸੇ ਦੀ ਸ਼ਿਕਸ਼ਾ ਦੀ ਲੋੜ ਨਹੀਂ, ਲੋਹੇ ਕੀ ਸੂਹਾ ਪੀਲਾ ਰੰਗ ਕਰਨੇ ਦੀ ਲੋੜ ਹੁੰਦੀ, ਕਦੇ ਸੁੰਨੇ ਕੀ ਕੋਈ ਰੰਗ ਨਹੀਂ ਕਰ, ਸੁੰਨੇ ਦਾ ਰੰਗ ਉਹ ਕਿਹੜਾ ਰਹਿੰਦਾ ਜਿਹੜਾ ਜਮੰਦ ਰੂਪ ਕੁਦਰਤੀ। ਸੀਤਾ ਤੁਸੀਂ ਮੇਰੀ ਸ਼ਿਕਸ਼ਾ ਕਰਦੇ ਸ਼ੈਲ ਨਹੀਂ ਲੱਗਦੀ, ਪਰ ਜੇ ਫਿਰ ਵੀ ਮੇਰੀ ਆ ਪੁੱਛੇ ਪੇ ਸ਼ਿਕਸ਼ਾ ਦਿਓ ਤਾਂ ਮੈਂ ਤੁਗੀ ਸ਼ਿਕਸ਼ਾ ਇਹ ਦਿੰਦੀ ਹਾਂ, ਜਨਾਨੀ ਲਈ ਇੱਕ ਪਤੀ ਪ੍ਰਤਾ ਇਸਤਰੀ ਲਈ ਉਹਦਾ ਗੁਰੂ ਉਹਦਾ ਪਿਤਾ ਉਹਦਾ ਪੁੱਤਰ ਸਭ ਕੁਛ ਉਹਦਾ ਪਤੀ, ਜਿਹੜੀ ਆਪਣੇ ਪਤੀ ਦੀ ਸੇਵਾ ਕਰੇ ਉਸ ਦੀ ਕਿਸੇ ਕਿਸਮ ਦੇ ਤਪ ਵਰਤ ਤੀਰਥ ਕਰਨ ਦੀ ਕੋਈ ਲੋੜ ਨਹੀਂ। ਕੋਈ ਸਾਡੀ ਮਾਂ ਰੋਹ ਨਹੀਂ ਕਰੇ। ਮੈਂ ਇੱਕ ਮਾਂ ਦੀ ਤੁਸੀਂ ਗੱਲ ਸੁਣ, ਨਿਰਜਲ ਕਾਸਤੀ ਦਾ ਵਰਤ ਰੱਖੀਦਾ ਹਾਂ, ਮੇਰੀ ਕਈ ਲੋਕਾਂ ਕੰਨੇ ਵਾਸਤਾ ਰਹਿੰਦਾ, ਨਿਰਜਲ ਕਾਸਤੀ ਦਾ ਵਰਤ ਰੱਖੀਦਾ ਔਰ ਸੱਚੀ ਗਿਆ ਉਹ ਮਾਂ ਜਿਹੜੀ ਵਰਤ ਰੱਖਦੀ ਸੀ ਬੜਾ ਸ਼ੈਲ। ਤੇ ਨਿਰਜਲੀ ਵਾਲਾ ਰੋਜ਼ ਕੁਦਰ ਉਹਦੇ ਘਰ ਵਾਲੇ ਨੇ ਹਲ ਜੋੜ ਦੇ, ਉਹ ਗਰਮੀ ਉਹ ਤ੍ਰੇਹ ਲੱਗੀ ਦੀ
ਉਹ ਇਹ ਸੋਚਿਆ ਵੀ ਮਦ ਕੁਦੈ ਰੁਟੀ ਮਿਗੀ ਪੂਜੀ ਜਾ। ਉਸ ਮਾਂ ਨੇ ਰੱਖੇ ਰਹਾ ਵਰਤ, ਉਹ ਬੇਚਾਰਾ ਘਰ ਉੱਠੀ ਆਇਆ ਜਿਹੜਾ ਰੁਟੀ ਨਹੀਂ ਪੁੱਜੀ। ਉਹਨੇ ਅਜੇ ਪੁੱਲੀ ਦੀ ਗੱਲ ਕੀਤੀ, ਮੀਂਹ ਫਲਾਣੀ ਬਲਗਦਾ ਰਿਹਾ ਉੱਥੇ ਜੇ ਰੁਟੀ ਲਈ ਆਊ ਤੇ ਤੂੰ ਆਈ ਨੀ, ਮੈਂ ਇਸ ਲਈ ਤੌਲੇ ਖੋਲੀ ਉੜੇ। ਉਹਨੇ ਬੜੀ ਸਰਸੀ ਕਨੇ ਲੀਮੀ ਕਨੇ ਗੱਲ ਕੀਤੀ। ਉਹ ਮਾਂ ਕੀ ਆਖਣ ਲੱਗੀ, ਆਖਣ ਲੱਗੀ ਅਜੇ ਕੱਲ ਤੁਹਾਡੇ ਸੰਗੇ ਹੱਟ ਦਿੱਤੇ ਸੀ, ਉਹਨੇ ਕੁਦੈ ਉਸ ਰਾਤੀ ਕਾਸਤੀ ਕੋਲ ਜਿਹੜੀ ਪਹਿਲੀ ਰਾਤ ਸੀ ਘਿਊਰ ਬਣਾਏ ਤੇ ਉਹ ਆਖਿਆ ਕਰਦੀ ਵੀ ਕਦੇ ਕੱਲ ਤੁਹਾਡੇ ਸੰਗੇ ਹੱਟ ਦਿੱਤੇ ਤੇ ਹੁਣ ਤੋਂ ਹੀ ਭੁੱਖ ਲੱਗੀ। ਇਸ ਘੜੀ ਗੱਲ ਹੈਗੀ ਮੈਂ ਵੀ ਸੁਣਿਆ ਕਰਦਾ ਹਾਂ, ਮੈਂ ਉਸ ਪਤੀ ਪਤਾ ਦਾ ਨਾਂ ਵੀ ਜਿਹੜਾ ਜਿਹੜੇ ਨਵੇਂ ਸ਼ਾਸਤਰ ਬਣਨੇ ਉਹਦੇ ਵਿੱਚ ਐਡ ਕਰ ਲਿਆ ਤੇ ਜਿਹੜੀਆਂ ਪਹਿਲੀਆਂ ਹੋਈਆਂ ਉਹਦੇ ਹੋਈਆਂ, ਇਹ ਵੀ ਅੱਜ ਦੀ ਪਤੀ ਪ੍ਰਥਾ। ਮੈਂ ਗੱਲ ਸੀਤਾ ਦੀ ਸੁਣਾ ਕਰਦਾ ਹਾਂ, ਜਿਹੜੀ ਸੀਤਾ ਰਾਮ ਦੇ ਇਸ਼ਾਰੇ ਦੇ ਬਿਨਾਂ ਆਪਣੀ ਉਂਗਲੀ ਦੀ ਅੰਗੂਠੀ ਖੋਲੀ ਦੇਈ ਐਠੀ ਇਹ ਮਲਾਗ ਹੀ ਦੇਈ ਉੜੋ। ਉਸ ਕੜੀ ਸੀਤਾ ਦੀ ਅਗਰ ਅੱਜੇ ਦੀ ਸੀਤਾ ਕੰਨੇ ਮਿਲਾਇਆ ਜਾ, ਤੋਲਿਆ ਜਾ, ਅੱਜੇ ਦੀ ਸੀਤਾ ਜਿਹੜੀਆਂ ਅੱਜ ਸਾਡੀਆਂ ਮਾਵਾਂ ਭੈਣਾਂ ਉਹ ਅੱਜੇ ਦੀਆਂ ਸੀਤਾ, ਜੇ ਉਹਦੇ ਕੰਨੇ ਮਿਲਾਇਆ ਜਾ ਤਾਂ ਵੀ ਮੇਦ ਨਹੀਂ ਪਾਉਂਦੀ ਵੀ ਤਰੱਕੜੀ ਦਾ ਫੇਕੜਾ ਚੁਕੋਵੇ। ਮੈਂ ਸਾਰੇ ਸਮਾਜ ਕੀਤੇ ਨਹੀਂ ਕੁਛ ਹੀ ਸਕਦਾ, ਲੇਕਿਨ ਇਹ ਜ਼ਰੂਰ ਆਖਣਾ ਚਾਹੁੰਦਾ ਅੱਜ ਸਾਡੇ ਸਮਾਜ 'ਚ ਗੁਰੂ ਬਣਾਉਣੇ ਦਾ ਇੱਕ ਬੜਾ ਜ਼ਿਆਦਾ ਜ਼ੋਰ ਪੈਦਾ। ਗੁਰੂ ਬਣਾਉਣਾ ਬਹੁਤ ਜ਼ਰੂਰੀ ਹੈ, ਬਣਾਉਣਾ ਚਾਹੀਦਾ, ਲੇਕਿਨ ਪਤੀ ਦੇ ਪ੍ਰਤੀਕੂਲ ਹੋਣੇ ਪਰ ਘਰਾਲੇ ਦੀ ਮਰਜ਼ੀ ਦੇ ਬਿਨਾਂ ਗੁਰੂ ਬਣਾਉਣਾ ਮੈਂ ਉਸੀ ਪਸੰਦ ਨਹੀਂ ਕਰਦਾ, ਆਪਣੇ ਤੌਰ ਉੱਪਰ ਨਹੀਂ ਸ਼ਾਸਤਰੇ ਦੀ ਨਜ਼ਰ ਕਰਨਾ। ਅਗਰ ਪਤੀ ਆਖਿਆ ਫਿਰ ਠੀਕ ਹੈ, ਪਰ ਊਂ ਕੀ ਆਖਿਆ ਜਾ। ਜਿਹੜੀ ਗੱਲ ਮੈਂ ਆਖਿਆ ਨਾ, ਜੇ ਦੋ ਚਾਰ ਵਾਰੀ ਆਖਾਂ ਤਾਂ ਕੱਲ ਜਿਹੜਾ ਇਕੜਾ ਪਾਸਾ ਨਹੀਂ ਆਉਂਦੀ। ਮੈਂ ਵੀ ਚਾਹੁੰਦਾ ਕਿ ਤੁਸੀਂ ਨਹੀਂ ਆਵੋ ਤਾਂ ਖਰੀ ਗੱਲ ਹੈ, ਗੁਰੂ ਦੀ ਬੜੀ ਜ਼ਰੂਰਤ ਹੈ। ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ। ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ।
ਰਾਮ ਜੈ ਰਾਮ ਜੈ ਜੈ ਰਾਮ ਬਾਲ ਕ੍ਰਿਸ਼ਨ ਲਾਲ। ਇੱਕ ਕੌਸ਼ਕੀ ਨਾਂ ਦੀ ਬ੍ਰਾਹਮਣੀ ਸੀ। ਇੱਕ ਦਿਨ ਉਹਦੇ ਪਤੀ ਕੀ ਕਿਸੇ ਨੇ ਸ਼ਾਪ ਦੇਈ ਉੜਿਆ, ਬੜੇ ਪਹੁੰਚੇ ਦੇ ਮਹਾਤਮਾ ਹੈ ਕਿ ਕੱਲ ਸੂਰਜ ਚੜ੍ਹਨੇ ਪਰ ਤੇਰੇ ਘਰ ਵਾਲਾ ਮਰੀ ਜਾ। ਕੌਸ਼ਕੀ ਨੇ ਪ੍ਰਾਰਥਨਾ ਕੀਤੀ ਕਿ ਸੂਰਜ ਦੇਵਤਾ, ਮੈਂ ਕੋਈ ਭਗਤੀ ਨਹੀਂ ਕੀਤੀ, ਕੋਈ ਪੂਜਾ ਪਾਠ ਜਪ ਤਪ ਨਹੀਂ ਕੀਤਾ, ਜੇ ਮੈਂ ਸੱਚੀ ਪਤੀ ਵਰਤਾਂ ਤੇ ਮੇਰੇ ਪਾਤੀ ਪ੍ਰਤ ਤੇਜ ਕਹਿੰਦੇ ਸੂਰਜ ਤੂੰ ਚੜਿਆ ਗਿਆ ਨਹੀਂ, ਸੂਰਜ ਚੜਿਆ ਗਿਆ ਨਹੀਂ, ਤ੍ਰੈ ਰੋਜ ਹਨੇਰਾ ਗਿਆ, ਸਾਰੀ ਦੁਨੀਆ ਵਿਆਕੁਲ ਹੋਈਏ। ਕੌਸ਼ਕੀ ਕੋਲ ਆਏ ਕਿ ਦੇਵੀ ਤੇਰੇ ਇੱਕ ਪਤੀ ਦੇ ਕਾਰਨ ਸਾਰੇ ਸਮਾਜ ਦੀ ਵਿਵਸਥਾ ਵਿਗੜਿਆ ਕਰਦੀ ਹੈ। ਕੌਸ਼ਕੀ ਨੇ ਆਖਿਆ ਕਿ ਸਮਾਜ ਦੀ ਵਿਵਸਥਾ ਤੇ ਵਿਗੜੀ ਪਰ ਪਤੀ ਦੇ ਬਾਅਦ ਚ ਮੇਰਾ ਘੇਰੇ। ਉਹਨੇ ਰਿਸ਼ੀ ਬੁਲਾਇਆ ਜਿਹਨੇ ਸ਼ਾਪ ਦਿੱਤੇ ਰਹਾ ਕਿ ਤੁਸੀਂ ਆਪਣਾ ਸ਼ਾਪ ਵਾਪਸ ਲਾਓ। ਉਹਨੇ ਆਪਣਾ ਸ਼ਾਪ ਵਾਪਸ ਲਿਆ। ਕੌਸ਼ਕੀ ਨੇ ਸੂਰਜ ਚੜ੍ਹ, ਉਹਦੇ ਵਿੱਚ ਸੂਰਜ ਦੀ ਰੋਕਣੇ ਦੀ ਸ਼ਕਤੀ ਸੀ। ਇੱਕ ਪਤਨੀ ਹੀ ਉਹਦੇ ਘਰ ਵਾਲਾ ਸੁੱਤੇ ਰਹਾ, ਇਕੜੀਆਂ ਗੱਲਾਂ ਮਾਤਾ ਅਨਸੂਯਾ ਸੀਤਾ ਕੀ ਸੁਣਾ ਕਰਦੀ। ਘਰਾਲੀ ਬੈਠੀ ਦੀ ਤੇ ਉਹਦੇ ਘਰਾਲਾ ਸੁੱਤੇ ਦਾ, ਉਸਨੇ ਕੁਦੈ ਆਪਣਾ ਗੋਡਾ ਉਹਦੇ ਸਰੈਣੇ ਦੇ ਉੜਿਆ। ਨਿੱਕਾ ਜਿਹਾ ਜਾਗਤਾ ਦੋ ਢਾਈਆਂ ਸਾਲੇ ਦਾ, ਉਹ ਕਸੂਤਲੀਆਂ ਮਾਰਦੇ ਮਾਰਦੇ ਚੁੱਲੀ ਚ ਪਈ ਹੈ। ਹੁਣ ਜਾਗਤਿਆਂ ਨੇ ਚੁੱਲੀ ਚ ਸੜੀ ਜਾਣਾ। ਉਹ ਸੋਚਣ ਲੱਗੀ ਵੀ ਜੇ ਤੇ ਮੈਂ ਘਰ ਵਾਲੇ ਗਈ ਠਵਾਲਾ ਤੇ ਇਹਦੀ ਨੀਂਦਰ ਖਰਾਬ ਹੋ ਜਾਣੀ ਹੈ, ਤੇ ਜੇ ਨਹੀਂ ਠਵਾਲਦੀ ਤੇ ਜਾਗਤ ਸੜੀ ਜਾਂਦਾ ਉਹ ਚੁੱਲੀ ਵਾਲੇ ਪਾਸੇ ਜਾਦਾ। ਉਹਨੇ ਬੈਠੇ ਦੇ ਆਖਿਆ ਕਿ ਅਗਨੀ ਦੇਵ, ਜੇ ਮੈਂ ਆਪਣੇ ਧਰਮ ਉੱਪਰ ਬੈਠੀ ਦੀ ਹਾਂ ਤੇ ਤੂੰ ਮੇਰੇ ਜਾਗਤੇ ਹੀ ਸਾੜਿਆ ਨਹੀਂ, ਅੱਗ ਬਲੈ ਦੀ ਚੁੱਲੀ ਚ ਲਪਟਾਂ ਨਿਕਲਿਆ ਕਰਦੀਆਂ ਤੇ ਜਾਗਤ ਜਿਹੜਾ ਚੁੱਲੀ ਦੇ ਵਿੱਚ ਪੜੀ ਗਈ ਹੈ। ਇੰਨੇ ਚਿਰ ਘਰ ਵਾਲੇ ਹੀ ਜਾਗ ਆਈ, ਜਿਲੇ ਘਰ ਵਾਲੇ ਹੀ ਜਾਗ ਆਈ, ਉਹਨੇ ਦੇਖਿਆ ਜਾਗਤ ਚੁੱਲੀ ਚ ਪਿਆ ਤੇ ਇਹ ਹੱਲੇ ਨੀ ਕਰਦੀ। ਉਹਨੇ ਅਸੀਂ ਦੋ ਤਮਾਚੇ ਲਾਏ ਕਿ ਮੂਰਖੇ ਤੂੰ ਜਾਗਤਾ ਹੀ ਨਹੀਂ ਦੇਖਿਆ, ਆਪੂ ਮੈਂ ਤੌਲੇ ਕੀਤੇ ਉੱਠਿਆ, ਜਾਗਤੇ ਹੀ ਪਕੜਿਆ ਤੇ ਬਾਹਰ ਕੱਢਣ ਲੱਗਾ, ਦੀਆਂ ਜਾਗਤੇ ਹੀ ਪਕੜਿਆ ਤੇ ਹੱਥ ਫੜੀ। ਜਾਗਤ ਹੈਗੀ ਅੱਗੀ ਚਾ ਕੱਢਣ ਵਾਲੇ ਦੇ ਹੱਥ ਸੜੀ ਹੈ, ਪਰ ਜਾਗਤੇ ਫਲੂਗਾ ਵੀ ਨਹੀਂ ਪਿਆ। ਆਖਣ ਲੱਗਾ ਇਹ ਕੀ ਤਮਾਸ਼ਾ ਬਣਿਆ। ਉਹਨੇ ਘਰ ਵਾਲੇ ਕੀ ਪੁੱਛਿਆ ਤੂੰ ਸੁਣਾ। ਆਖਣ ਲੱਗੀ ਮਹਾਰਾਜ ਮੈਂ ਇਹ ਗੱਲ ਆਖੀ ਸੀ ਵੀ ਜੇਕਰ ਮੈਂ ਪਤੀ ਵਰਤ ਹਾਂ ਅੱਗ ਜਿਹੜੀ ਉਹ ਠੰਡੀ ਹੋਈ ਜਾ, ਮੇਰੇ ਬੱਚੇ ਕੁਝ ਨਹੀਂ ਆ।
ਪਰ ਮੈਂ ਬੱਚੇ ਲਈ ਆਖਿਆ ਤੁਹਾਡੇ ਲਈ ਨਾ। ਅਨਸੂਯਾ ਮਾਤਾ ਸੀਤਾ ਹੀ ਗੱਲਾਂ ਸਮਝਾ ਕਰਦੀ ਹੈ ਕਿ ਬੇਟੀ ਜੇ ਕੋਈ ਹੱਥੇ ਗੀ ਬੜੇ ਬੜੇ ਮੋਟੇ ਕੜੇ ਪਾ ਸੁਨੇ ਦੇ, ਉਹਦੇ ਕੰਨੇ ਹੱਥੇ ਦੀ ਸ਼ੋਭਾ ਨਹੀਂ। ਦਾਨੇ ਨ ਪਾਣੀ ਨਤਭੰਗ ਕਰੇ, ਇਹਨੇ ਹੱਥੇ ਦੀ ਸ਼ੋਭਾ ਦਾਨ ਕੰਨੇ ਨਾ ਕਿ ਕੜੇ ਕੰਨੇ ਕੰਗਣੇ ਕੰਨੇ। ਗਲੇ ਦਾ ਜਿਹੜਾ ਪੈਂਡਲ ਹੈ ਕੈਂਠਾ, ਉਹਦੇ ਕੰਨੇ ਗਲੇ ਦੀ ਸ਼ੋਭਾ ਨਹੀਂ। ਕੁਛ ਹੈ ਪਤੀ ਪ੍ਰਤਾ ਦੇ ਗਲੇ ਦੀ ਸ਼ੋਭਾ ਤਾਂ ਬਣਦੀ ਹੈ ਜਿਉਂ ਉਹ ਪੈਂਡਲੇ ਦੇ ਕੰਨੇ ਉਹ ਨਿੱਕੀ ਜਿਹੀ ਟਿੱਕੀ ਹੁੰਦੀ ਨਾ ਲੜਕਾਏ ਦੀ ਥੱਲੇ, ਉਹ ਟਿੱਕੀ ਸਿੱਧੀ ਛਾਤੀ ਕੋਲ ਇਰਦੇ ਕੋਲ ਆ। ਕੁਛ ਹੈ ਟਿੱਕੀ ਦੇ ਥਾਂ ਆਪਣੇ ਘਰੇ ਲੈ ਗਈ ਆਪਣੇ ਅੰਦਰ ਵਸਾਏ ਦਾ। ਇਹਨੇ ਕੰਨੇ ਦੀ ਸ਼ੋਭਾ ਚੁਮਕੇ ਕੰਨੇ ਨਹੀਂ, ਇਹਨੇ ਕੰਨੇ ਦੀ ਸ਼ੋਭਾ ਗਿਆਨ ਇਹਨੇ ਕੰਨੇ ਕੰਨੇ ਅਸ ਉਹ ਸ਼ਬਦ ਸੁਣਚੇ ਜਿਹੜੇ ਸ਼ਬਦ ਅਸੀਂ ਗੀ ਸਾਡੇ ਸਮਾਜ ਗੀ ਸੁਖ ਦੇ। ਮਾਤਾ ਨੂੰ ਸੂਇਆ ਆਖਿਆ ਕਰਦੀ ਕਿਸਤੀ ਤਾਂ ਇੱਕ ਪਤੀ ਪਤਾ ਇਸਤਰੀ ਦੀ ਸਾਰੀ ਦੁਨੀਆਂ ਦੇ ਵਿੱਚ ਸਿਰਫ ਆਪਣੇ ਬੰਦੇ ਹੀ ਬੰਦਾ ਸਮਝਣਾ ਚਾਹੀਦਾ, ਬਾਕੀ ਵਾਲੇ ਹੀ ਬੰਦਾ ਸਮਝਣਾ ਹੀ ਨਹੀਂ ਚਾਹੀਦਾ। ਉੱਤਮ ਕੇ ਅਸ ਬਸ ਮਨ ਮਾਹੀ ਸਪਨੇ ਆਨ ਪੁਰਸ਼ ਜਗਨਾ। ਜਨਾਨੀਆਂ ਜਿਹੜੀਆਂ ਹੁੰਦੀਆਂ ਉਹਨੇ ਚਾਰ ਰੱਖੀਆਂ ਕਿਸਮਾਂ, ਚਾਰ ਕੈਟਾਗਰੀਆਂ ਬਣਾਈਆਂ ਜਿਹੜੀਆਂ ਸਾਰਿਆਂ ਕੋਲ ਉੱਤਮ ਨਾ। ਉਹਦੀ ਨਜ਼ਰ ਚ ਸਿਰਫ ਬੰਦਾ ਇੱਕ ਘਰੇ ਲਾ ਗਿਆ, ਬਾਕੀ ਕੋਈ ਬੰਦਾ ਹੈ। ਔਰ ਜਿਹੜੀਆਂ ਮੱਧਮ ਨਾ, ਦੋ ਦਰਜੇ ਦੀਆਂ, ਉਹ ਬਾਕੀ ਵਾਲੇ ਗੀ ਚਾਚਾ ਤਾਇਆ ਭਰਾ ਮਾਮਾ ਇਹ ਰਿਸ਼ਤਾ ਸਮਝੀਏ ਦੁਨੀਆਂ ਚ ਰਹਿੰਦੀਆਂ। ਜਿਹੜੀਆਂ ਤ੍ਰੀ ਜਾਤੀ ਦੀਆਂ ਉਹ ਸਰੀਰ ਕੋਲਾ ਸੁੱਚੀਆਂ ਰਹਿੰਦੀਆਂ ਲੇਕਿਨ ਮਨੇ ਕੋਲਾ ਪਲੀਤ ਹੁੰਦੀਆਂ। ਮਨੇ ਕੰਨੇ ਉਹ ਸੰਸਾਰਿਕ ਭੋਗ ਜਿਹੜੇ ਨੇ ਉਹਦੀ ਤਰਫ ਹੁੰਦੀ ਕਾਮਨਾ। ਅਸਥੀਤਾ ਜਿਹੜੀਆਂ ਚਰਿੱਤਰਹੀਨ ਹੁੰਦੀਆਂ ਉਹਦੀ ਤਾਂ ਸਮਾਜ ਵਿੱਚ ਕੋਈ ਗਿਣਤੀ ਹੈ ਨਹੀਂ। ਉਹਨੇ ਗੱਲ ਸੁਣਾਈ ਸੀਤਾ ਦੇ ਬਹਾਨੇ ਸਾਰੇ ਸਮਾਜ ਲਈ ਇੱਕ ਸ਼ਿਕਸ਼ਾ ਦਿੱਤੀ। ਮਾਤਾ ਸੀਤਾ ਗੱਲਾਂ ਸੁਣੀਆਂ ਬੜੀ ਖੁਸ਼ ਹੋਈ। ਮਾਤਾ ਨੇ ਪੁੱਛਿਆ, ਸੀਤਾ ਪੁੱਛਣ ਲੱਗੀ ਮਾਤਾ ਨੂੰ ਸੂਇਆ ਤੁਗੀ ਕਿਹੜਾ ਗਿਆਨ ਪ੍ਰਾਪਤ ਕੁੱਥੋਂ ਹੈ।
ਆਖਣ ਲੱਗੇ, ਬੱਚੂ ਜੇਲਾ ਮੇਰਾ ਵਿਆਹ ਹੋਇਆ ਨਾ ਅਤਰੀ ਰਿਸ਼ੀ ਕੰਨੇ, ਉਹ ਬੁੱਢਾ ਖੋਲ ਕੇ ਬੈਠੇ ਦਾ ਤੇ ਉਸ ਨਾਂ ਦੀ, ਜੇਲਾ ਮੇਰਾ ਵਿਆਹ ਅਤਰੀ ਰਿਸ਼ੀ ਕੰਨੇ ਹੋਇਆ, ਉਲੇ ਅਤਰੀ ਰਿਸ਼ੀ ਮਿਗੀ ਰੱਖਣਾ ਨਹੀਂ ਚਾਹੁੰਦਾ। ਅਤਰੀ ਰਿਸ਼ੀ ਚਾਹੁੰਦੇ ਵੀ ਕੁਸੇ ਚੱਲੀ ਬੁਲਾ ਜਾ ਉੱਠੀ ਤੇ ਮੈਂ ਮਜ਼ੇ ਦਾ ਤਪੱਸਿਆ ਕਰਦਾ ਰਹਿਣਾ। ਇਹਨੇ ਮਿਗੀ ਕੱਢਣੇ ਲਈ ਬੜਾ ਕੁਛ ਕੀਤਾ, ਮੈਂ ਸੁਣੇ ਦਾ ਹਾਂ ਕਿ ਪਤੀ ਸਾਕਸ਼ਾਤ ਪਰਮਾਤਮਾ, ਮੈਂ ਇਹਦੀ ਸੇਵਾ ਕਰਦੀ ਰਹੀ। ਇੱਕ ਰੋਜ਼ ਇਹਨੇ ਕੋੜ ਪਾਈ ਉੜਿਆ ਆਪਣੇ ਆਪ ਹੀ ਜਾਣੀ ਬੁੱਝੀ, ਇਹਦੇ ਕੋਲ ਮੁਸ਼ਕ ਆਵੇ ਇਹ ਕੁਦੈ ਭੁੰਮਣੂ ਬਹੁਣ ਕੁਦੈ ਕੀੜੇ ਬਹੁਣ, ਇਹਨੇ ਗੱਲਾਂ ਗੱਲਾਂ ਚਿੜਚਿੜੀਆਂ ਗੱਲਾਂ ਕਰਨੀਆਂ। ਮਿਗੀ ਆਖਣ ਲੱਗੇ ਕਿ ਮੈਂ ਤੀਰਥ ਕਰਨੇ, ਮੈਂ ਇਹਨੇ ਕੀ ਤੀਰਥ ਕਰਾਉਣੇ ਵਾਸਤੇ ਗਈ। ਜਿਸ ਲਈ ਸਾਰੇ ਤੀਰਥ ਕਰੀ ਲਏ, ਪਰਤੀ ਘਰ ਆਈ ਗਏ। ਇੱਕ ਦਿਨ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਅਨਸੂਯਾ ਦੇ ਪਤੀਵ੍ਰਤੇ ਧਰਮ ਦੀ ਪ੍ਰੀਖਿਆ ਲੈਣ ਵਾਸਤੇ ਬ੍ਰਾਹਮਣ ਦਾ ਵੇਸ਼ ਬਣਾਈਏ ਭਿਕਸ਼ਾ ਮੰਗਣ ਗਏ। ਅਤਰੀ ਰਿਸ਼ੀ ਦੇ ਆਸ਼ਰਮ ਪੁੱਜੀਏ, ਆਵਾਜ਼ ਲਾਈ ਭਿਕਸ਼ਾਮ ਦੇਹੀ। ਅਨਸੂਯਾ ਬਾਹਰ ਨਿਕਲੀ, ਦੇਖਿਆ ਤ੍ਰੈ ਬ੍ਰਾਹਮਣ ਭਿਕਸ਼ਾ ਮੰਗਣ ਆਏ ਦੇ। ਬ੍ਰਾਹਮਣ ਆਖਣ ਲੱਗੇ, ਦੇਵੀ ਭਿਕਸ਼ਾ ਤਾਂ ਲੈਣੀ ਹੈ ਜੇ ਨਿਰਵਸਤਰ ਹੋਈਏ ਦੇਗੀ। ਅਨਸੂਯਾ ਸੋਚਣ ਲੱਗੀ ਕਿ ਬ੍ਰਾਹਮਣ ਘਰਾਂ ਦਾ ਖਾਲੀ ਚਲੀ ਜਾਣ, ਇਹ ਵੀ ਠੀਕ ਨਹੀਂ, ਕੀ ਕੀਤਾ ਜਾ। ਉਹਨੇ ਧਿਆਨ ਕਨੇ ਦੇਖਿਆ, ਇਹ ਤਾਂ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਨੇ ਆਸਣ ਦਿੱਤੇ ਬਿਠਾਇਆ, ਪਾਣੀ ਦਾ ਤਰੌਂਕਾ ਮਾਰਿਆ ਅਤੇ ਉਹ ਸਾਲਾਂ ਸਾਲਾਂ ਦੇ ਬੱਚੇ ਬਣੀ ਗਏ। ਮਾਤਾ ਅਨਸੂਯਾ ਨੇ ਉਹਨੇ ਬੱਚੇ ਗਈ ਆਪਣਾ ਦੁੱਧ ਪਿਲਾਈਏ, ਆਪਣੀ ਮਾਂ ਵਾਲੀ ਮਮਤਾ ਵੀ ਪੂਰੀ ਕੀਤੀ। ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਬਾਲ ਕ੍ਰਿਸ਼ਨ ਲਾਲ। ਜਿਸ ਵੇਲੇ ਤ੍ਰੈ ਜਾਗਤ ਨਿੱਕੇ ਨਿੱਕੇ ਸਾਲਾਂ ਸਾਲਾਂ ਦੇ ਬਣੀ ਗਏ, ਮੈਂ ਉਹਨਾਂ ਨੂੰ ਬੜੇ ਮਜ਼ੇ ਕਰਨੇ ਲਈ ਆਈ। ਇੱਕ ਦਿਨ ਉਹਨੇ ਆਖੇ ਰੱਖਣਾ ਤੇ ਨੰਗੀ ਹੋਈ ਹੈ ਸਾਹਮਣੇ ਆਵੇ, ਮੈਂ ਨਹਾਉਣ ਲੱਗੀ ਤਾਂ ਨਹਾਉਂਦੇ ਨਹਾਉਂਦੇ ਆਖਿਆ, ਬੱਚੂ ਤੂੰ ਚਾਦਰ ਪਕਾ, ਤੂੰ ਨੋਟਾ ਪਕਾ, ਤਾਂ ਉਹਦੇ ਸਾਹਮਣੇ ਨੰਗੀ ਵੀ ਹੋਈ ਹੈ। ਮਾਂ ਜਿਹੜੀ ਆਪਣੇ ਛੋਟੇ ਬੱਚੇ ਕੋਲ ਪੜਦਾ ਨਹੀਂ। ਇੱਕ ਰੋਜ਼ ਅਤਰੀ ਰਿਸ਼ੀ ਨੇ ਦੇਖਿਆ ਵੀ ਤ੍ਰੈ ਜਾਗਤ ਸਾੜੇ ਕਰੇ, ਪੁੱਛਣ ਲੱਗੇ ਅਨਸੂਯਾ ਇਹ ਜਾਗਤ ਕੋਹਦੇ। ਮੈਂ ਆਖਿਆ ਮਹਾਰਾਜ ਇਹ ਜਾਗਤ ਤੁਹਾਡੇ ਨੇ। ਅਤਰੀ ਰਿਸ਼ੀ ਕੀ ਬੜਾ ਗੁੱਸਾ ਆਇਆ ਕਿ ਮੇਰੇ ਜਾਗਤ ਕਿੱਥੋਂ ਹੋਈ ਹੈ। ਉਹ ਮੈਨੂੰ ਪੁੱਛਣ ਲੱਗੇ, ਦੇਵੀ ਮੇਰਾ ਤੇ ਕੋਈ ਬੱਚਾ ਨਹੀਂ। ਮੈਂ ਉਹਨੇ ਆਖਿਆ ਨਹੀਂ ਤੁਹਾਡੇ,
ਮਤਲਬ ਤੁਸੀਂ ਜਿੰਦਾ ਧਿਆਨ ਕਰਦੇ ਹੋ ਇਹ ਵਿਗੜੇ ਜਾ ਰਹੇ। ਦਿਲਾਪਰੀ ਰਿਸ਼ੀ ਨੇ ਧਿਆਨ ਕਰਨੇ ਲਿਖਿਆ ਉਹ ਤੇ ਤ੍ਰੈ ਪਰਮਾਤਮਾ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਹੈ। ਆਖਣ ਲੱਗੇ ਤੂੰ ਬੜਾ ਪਾਪ ਕੀਤਾ ਹੀ ਨਹੀਂ ਜਾਗਤ ਬਣਾਈ ਉੱਡਿਆ। ਆਖਣ ਲੱਗੀ ਮਹਾਰਾਜ ਸਾੜਾ ਕਿਹੜੇ ਹੋਣੇ ਸੀ, ਮੈਂ ਆਖਿਆ ਵੀ ਇੰਦੀ ਕੇ ਮੌਜ ਮੇਲਾ ਦੇਖੀ ਲਓ ਬੜੀ ਭਾਰ। ਉਹ ਜਿਹੜੀਆਂ ਤ੍ਰੈ ਦੇਵੀਆਂ ਤ੍ਰੋਣੇ ਦੀਆਂ ਘਰ ਵਾਲੀਆਂ ਬ੍ਰਹਮਾ ਨੇ ਗਾਇਤਰੀ ਲਕਸ਼ਮੀ ਤੇ ਪਾਰਵਤੀ, ਉਹ ਸੋਚਣ ਵੀ ਸਾਡੇ ਘਰ ਵਾਲੇ ਗਏ ਉੱਥੇ। ਜਿਲੇ ਪਤਾ ਲੱਗਾ ਵੀ ਅਨਸੂਯਾ ਦੇ ਕੈਦੀ ਬਣੀ ਇਹਦੇ, ਅਨਸੂਯਾ ਰਾਣੀਆਂ ਆਣੀਏ ਮੱਥਾ ਟੇਕਿਆ ਮਾਂ ਕਿ ਸਾਡੇ ਘਰ ਵਾਲੇ ਵਾਪਸ ਦੇਈ ਉੜ। ਉਹਨੇ ਆਖਿਆ ਲਈ ਗਿਆ, ਅਸੀਂ ਕੀ ਕਰਦੇ ਵਿਚਾਰੇ। ਆਖਣ ਨਹੀਂ ਜਿਹਨੇ ਪਹਿਲਾਂ ਇਹ ਨੇ ਜਿਹਨੇ ਬਣਾਈ ਹੈ ਵੇ ਜਾਗਤੇ ਲਈ ਇਹ ਖਿਡਾਣਾ ਥੋੜੇ, ਜਿਹਨੇ ਪਹਿਲਾਂ ਹੀ ਨੇ ਜੇ ਬਣਾਈ ਦੇ। ਅਤਰੀ ਰਿਸ਼ੀ ਨੇ ਆਖਿਆ ਅਨਸੂਯਾ ਤੂੰ ਵਾਪਸ ਦੇਈ ਉਹਦੇ ਨੇ। ਆਖਦੀ ਮੈਂ ਉਹਨੇ ਜਵਾਨ ਕੀਤਾ, ਜਿਲੇ ਉਹ ਜਾਣ ਲੱਗੇ ਤੇ ਅਤਰੀ ਰਿਸ਼ੀ ਆਖਣ ਲੱਗਾ ਵੀ ਸਾਰਾ ਮਨ ਕਿਆਂ ਲੱਗੋ ਕਹਿੰਦੇ ਜਾਣ ਦੇ ਬਾਅਦ। ਉਹਨੇ ਆਖਿਆ ਭਗਵਾਨ ਤੁਸੀਂ ਜਾ ਦਿੱਤੇ ਆਓ ਪਰ ਦੱਸੋ ਹੁਣ ਸਾਰਾ ਮਨ ਲੱਗੋ, ਜੇ ਤੁਸੀਂ ਜਾਣਾ ਨਾ ਤੇ ਆਪਣੇ ਆਪਣੇ ਅੰਸ਼ ਵਿੱਚ ਇੱਕ ਇੱਕ ਜਾਗ ਦੇ ਜਾ। ਉਹਦੇ ਬਾਅਦ ਤ੍ਰੈ ਬੱਚੇ ਹੋਏ, ਜਿਹੜਾ ਬ੍ਰਹਮਾ ਦੇ ਅੰਸ਼ ਵਿੱਚ ਹੋਇਆ ਮੁਨੀ ਦੱਤਾਤਰੇ ਹੋਇਆ, ਜਿਹੜਾ ਵਿਸ਼ਨੂੰ ਦੇ ਅੰਸ਼ ਵਿੱਚ ਹੋਇਆ ਉਹ ਚੰਦਰਮਾ ਹੋਇਆ, ਔਰ ਜਿਹੜਾ ਸ਼ਿਵਜੀ ਭਗਵਾਨ ਦੇ ਅੰਸ਼ ਵਿੱਚ ਹੋਇਆ ਉਹ ਮੁਨੀ ਦਰਵਾਸਾ ਹੋਇਆ। ਇਆਂ ਇਹ ਤ੍ਰੈ ਜਿਹੜੇ ਮਹਾਂਪੁਰਸ਼ ਹੈ, ਤ੍ਰੋਣੇ ਦੇਵਤੇ ਬੁਲਾਏ। ਸੀਤਾ ਕਰਨੇ ਕਾਫੀ ਲੰਮੀਆਂ ਚੌੜੀਆਂ ਗੱਲਾਂ ਕੀਤੀਆਂ, ਔਰ ਸੀਤਾ ਕੀ ਇਹ ਸੁਣਾਇਆ ਕਿ ਸੀਤਾ ਜਿਹੜੀ ਪਤਨੀ ਹੈ ਉਹ ਪਤੀ ਦੀ ਮਰਨੇ ਦੇ ਬਾਅਦ ਵੀ ਸਹਿਯੋਗਿਨੀ, ਕਿਉਂਕਿ ਪਤਨੀ ਕੀ ਸਹ ਧਰਮ ਨਹੀਂ ਆਖਿਆ। ਐਸਾ ਧਰਮ ਜਿਹੜਾ ਪਤੀ ਦੇ ਫਾਇਦੇ ਲਈ ਤੁਸੀਂ ਅੱਗੇ ਬੜਾ ਵੀ ਲਈ, ਪਰ ਮੇਰੀਆਂ ਗੱਲਾਂ ਸੁਣੀਆਂ ਕਈ ਆਪਣੇ ਆਪਣੇ ਮਨ ਚ ਸੋਚਿਆ ਦੀਆਂ ਵੀ ਸਾੜੇ ਵਾਲੇ ਪਤੀ ਦਾ ਧਰਮ ਤੇ ਕੇ ਸ਼ੋਰ ਹੈ ਤੇ ਹੁਣ ਉਹਦੇ ਕਹਿੰਦੇ ਸਾਥ ਕਿਆਂ ਕਰਾਗੇ। ਉਹ ਖੁਸ਼ ਤਾਂ ਹੁੰਦਾ ਜੇ ਤਰਕਾਲੇ ਆਪ ਸ਼ੈਲ ਡੱਟ ਖੋਲੀਏ ਦੋ ਪੈਗ ਤੁਸੀਂ ਲਵਾਏ ਜਾਣ ਠੀਕ ਪਤੀ ਦੇਵ ਪ੍ਰਸਿੰਨ ਹੁੰਦੇ। ਮਨੇ ਚ ਕਈ ਕਿਹੜੀ ਗੱਲ ਸੋਚਿਆ ਦੀ ਆਉਣੀ ਆ ਪਰ ਤੁਸੀਂ ਛੜੀ ਸੁਣਨੀ ਹੈ, ਤੁਸੀਂ ਸੀ ਵਰਤਣਾ ਨਹੀਂ। ਮੈਂ ਕਈ ਵਾਰੀ ਪਹਿਲਾਂ ਵੀ ਸੁਣਾਇਆ ਵੀ ਰਾਮਲੀਲਾ ਹੋਇਆ ਕਰਦੀ ਸੀ ਤੇ ਰਾਮਲੀਲਾ ਦੇ ਵਿੱਚ ਉਹ ਕੁਦੈ ਸੀਤਾ ਲੈਂਕਾ ਲਾ ਵਾਪਸ ਆਈ, ਰਾਮ ਚੰਦਰ ਆਖਿਆ ਮੈਂ ਨੀ ਤੂੰ ਹੀ ਰੱਖਣਾ ਪਹਿਲੇ ਅੱਗੀ ਦੇ ਵਿੱਚ ਬੜੀ ਹੈ ਪ੍ਰੀਕਸ਼ਾ ਦੇ ਆ। ਸੀਨ ਹਾ ਰਾਮਲੀਲਾ ਵਾ
ਸਾਡਾ ਭਰਾ ਇੱਕ ਛੁੱਟੀ ਆਇਆ ਨਾ, ਉਸਨੇ ਫਟੋਫਟ ਘਰ ਗਿਆ ਤੇ ਉਹ ਫਲੂਟੇ ਵਾਲੀਆਂ ਪੇਟੀਆਂ ਲਈ ਆ ਦੋ ਚਾਰ ਅੱਠੀ ਦਾ, ਜਾਂਦੇ ਗਏ ਫਟੋਫਟ ਦਰਵਾਜੇ ਚੱਗ ਬਾਲੀ, ਸਿਆਲਾ ਦੇ ਦਿਨ ਇਹ, ਤੇ ਉਹ ਅੱਗ ਬਾਲੀ ਇਹਦੇ ਘਰ ਵਾਲੀ ਕੀ ਆਖਿਆ ਬਾੜੇ ਦੇ ਵਿੱਚ, ਉੱਥੇ ਕਦੇ ਪ੍ਰਸ਼ਾਦ ਕੱਟਣ ਲਈ ਚਾਕੂ ਚਾਹੀਦਾ ਹਾ, ਤੇ ਮੈਂ ਕੁਛ ਹੈਗੀ ਆਖਿਆ ਜਾ ਚਾਕੂ ਲਈ ਆ ਕਰਾਂ, ਉਹ ਕੁਦਰਤੀ ਚਾਕੂ ਲੈਣ ਉਸੇ ਕੜੇ ਘਰ ਗਿਆ ਉੱਠੀ ਜਿੱਥੇ ਅਗਨੀ ਪ੍ਰੀਖਸ਼ਾ ਹੋਣ ਲੱਗੀ, ਜੇ ਲਓ ਸੀ ਬਾਹਾਂ ਦਾ ਪਗੜੀ ਅੱਗੀ ਦੇ ਵਿੱਚ ਸੁੱਟਿਆ, ਜਿਹੜਾ ਥੋੜਾ ਫਰਕ ਆ ਉਹਨੇ ਪੀਤੀ ਦੀ ਸੀ ਤੇ ਉਹ ਸੂਫੀ ਸੀ, ਉਹਦੇ ਕੋਲ ਅੱਗੀ ਚ ਪਵਿਆ ਨਹੀਂ, ਉਹ ਧੱਕਾ ਧੋੜਾ ਚਲਿਆ ਕਰਦਾ। ਜਾਗਤ ਚਾਕੂ ਲੈਣ ਗਿਆ ਉੱਠੀ, ਉਹ ਇਹ ਗੱਲ ਆਖਿਆ ਵੀ ਮੈਂ ਦੋ ਸਾਲਾਂ ਦੀ ਛੁੱਟੀ ਆਇਆ ਸ਼੍ਰੀ ਲੰਕਾ ਦਾ, ਕੀ ਪਤਾ ਤੂੰ ਮੇਰੇ ਪਿੱਛੋਂ ਕਿਹੜੀ ਹੈ ਕਿਹੜੀ ਨਹੀਂ, ਇਸ ਲਈ ਅਗਨੀ ਦੇ ਵਿੱਚ ਵੜ, ਜੇ ਤੂੰ ਸਹੀ ਹੋ ਗਈ ਨਾ ਸੁੱਚੀ ਤੇ ਤੂੰ ਵੀ ਅੱਗ ਕੱਖ ਨਹੀਂ ਆ, ਇਸ ਲਈ ਜੇ ਜਨਾਨੀ ਕੀ ਸੀਤਾ ਦੇ ਰੂਪ ਵਿੱਚ ਦੇਖਣਾ ਹੋਵੇ ਤਾਂ ਆਪੂ ਕਮ ਸੇ ਕਮ ਰਾਮ ਬਣਨ ਦੀ ਲੋੜ ਪਾਉ। ਜੇਕਰ ਘਰ ਨੀ ਕੁੱਥੀ ਤੇ ਸੋ ਗਵੈ ਦੇ ਫਿਰ ਕਿਸ ਗੱਲ ਜਚਦੀ ਨਹੀਂ ਹੈ, ਜੇ ਕੋਈ ਤੰਦ ਤਰੁੱਟੀ ਦੀ ਹੁੰਦੀ ਤਾਂ ਖਬਰੇ ਗੰਢੋਈ ਗਿਆ ਜਾਂਦੀ, ਹੁਣ ਤੇ ਤਾਣੀ ਗਿਆ ਤਰੁੱਟੀ ਇਹਦੀ ਹੈ, ਨਵੇਂ ਸਿਰੇ ਕੁਦੇ ਕੱਤੀ ਪਿੰਜੀ ਇਹ ਗੱਲ ਬਣਨੀ, ਕਹਿੰਦੇ ਸਾੜੇ ਉੱਪਰ ਜਦੀਆਂ ਦਾ ਬਾਹਰਲੇ ਮੁਲਕੇ ਦਾ ਕਿਸ ਸ਼ੌਰਾ ਪੇਦਾ, ਬਾਹਰਲੇ ਮੁਲਕੇ ਦੇ ਸ਼ੌਰੇ ਕਹਿੰਦੇ ਸਾਡੇ ਵਿੱਚ ਜਿਹੜਾ ਸਨਮਾਨ ਪਤੀ ਵੀ ਪਹਿਲਾਂ ਦਿੱਤਾ ਜਾਂਦਾ ਹਾਂ ਉਹ ਹੁਣ ਨਹੀਂ ਲਿਆ। ਪੁਰਾਣੀਆਂ ਪੁਰਾਣੀਆਂ ਬੁੱਢੀਆਂ ਅਜੇ ਵੀ ਘਰ ਵਾਲੇ ਦਾ ਨਾਂ ਨਹੀਂ ਲੈਂਦੀਆਂ, ਪੜ੍ਹੀ ਲਿਖੀ ਦੀਆਂ ਵੀ ਹੋਣ, ਅਜੇ ਵੀ ਕਦੇ ਉਹਨੇ ਆਖਿਆ ਜਾ ਕੇ ਨਾਂ ਲੈ ਕੇ ਨਾ ਤੇ ਉਹ ਨਹੀਂ ਲੈ। ਜਿਹੜਾ ਨਵਾਂ ਨਵਾਂ ਕੋ ਆਇਆ ਨਾ ਉਹ ਤੇ ਨਾਏ ਬੁਲਾਣੇ ਚ ਖੁਸ਼ੀ ਸਮਝਦੀ ਆ, ਬਿੱਟੂ ਪੱਪੂ ਕਰੀਏ ਨਾਏ ਬੁਲਾਣਾ ਜਾਗਤਾ ਹੀ, ਇਹਦੇ ਵਿੱਚ ਸ਼ੌਕ ਸਮਝਿਆ ਜਾਂਦਾ। ਸ਼ਾਸਤਰ ਚ ਲਿਖੇਦਾ ਕਿ ਜੇਸ਼ਠਾ ਪਤ ਕਲਤ੍ਰਯ ਆਤਮਨਾਮ ਪਤਿਰ ਨਾਮ ਜੇਸ਼ਠਾ ਪਤ ਕਲਤ੍ਰਯ, ਆਪਣਾ ਨਾਂ ਗੁਰੂ ਦਾ ਨਾਂ, ਪਲੋਠੀ ਦੇ ਪੁੱਤਰਿਆਂ ਦਾ ਨਾਂ, ਆਪਣੀ ਜਨਾਨੀ ਦਾ ਨਾਂ, ਆਪਣੇ ਘਰਵਾਲੇ ਦਾ ਨਾਂ, ਇੱਕ ਕਿਸੇ ਵੀ ਸ਼ੁਭ ਚਾਹਣੇ ਵਾਲੇ ਗੀ ਨਹੀਂ ਲੈ, ਪਲੋਠੀ ਦੇ ਜਾਗਤ ਹੈਗੀ ਨਾ ਹੀ ਨਹੀਂ ਬੁਲਾਉਣਾ ਚਾਹੀਦਾ ਜਿਹੜਾ ਅਸਲੀ ਨਾਂ, ਆਪਣੇ ਘਰਵਾਲੇ ਗੀ ਨਾਂ ਲਈਏ ਨਹੀਂ ਬੁਲਾਉਣਾ ਚਾਹੀਦਾ, ਗੁਰੂ ਦਾ ਨਾਂ ਜਿਹੜਾ ਉਹ ਵੀ ਨਹੀਂ ਲੈਣਾ ਚਾਹੀਦਾ। ਔਰ ਫਿਰ ਇਹ ਗੱਲ ਆਖੀ ਜਾਂਦੀ
ਇਹਨੇ ਸਾਰੇ ਹੀ ਅਗਰ ਸਮਾਨ ਪਰ ਲਈ ਵੀ ਲੈਤਾ ਜਾ, ਲੇਕਿਨ ਪਤੀ ਦਾ ਨਾਂ ਔਰ ਪਤਨੀ ਦਾ ਨਾਂ ਇੱਕ ਆਦਰਵਾਚੀ ਸ਼ਬਦ ਭਗਵਾਨ ਰਾਮ ਤੇ ਸੀਤਾ ਲਕਸ਼ਮਣ ਸਮੇਤ ਅਨਸੂਯਾ ਮਾਤਾ ਕੋਲ ਚਲੀ, ਜੰਗਲ ਚ ਰਹਿੰਦੇ ਬਣਦੇ ਰਹੇ, ਅੱਛੇ ਅੱਛੇ ਸਤਸੰਗ ਨੇ ਪੰਚਵਟੀ ਚ ਰਹਿਣਾ। ਪੰਚਵਟੀ ਇੱਕ ਬੜਾ ਸ਼ੈਲ ਖੇਤਰ ਹੈ। ਇੱਕ ਦਿਨ ਰਾਜੇ ਦਸ਼ਰਥ ਦਾ ਸਰਾਹ ਹੈ, ਰਾਮ ਚੰਦਰ ਆਖਣ ਲੱਗੇ ਲਕਸ਼ਮਣ ਅੱਜ ਪਿਤਾ ਜੀ ਦਾ ਸ਼ਰਾਧ ਹੈ, ਸਾਡੇ ਕੋਲ ਕੋਈ ਚੀਜ਼ ਨਹੀਂ, ਦੱਸੋ ਕੀ ਕਰਚੇ। ਰਾਮ ਜੀ ਬਨਵਾਸ ਸਿੰਘ ਇਹਦੇ ਸ਼ਰਾਧ ਕਰਨੇ ਲਈ ਸੋਚਿਆ ਕਰਦੇ, ਆਖਣ ਲੱਗੇ ਕਿ ਕਾਲੇ ਹਿਰਨੇ ਦਾ ਮਾਸ ਜਿਹੜਾ ਹੈ ਉਹ ਸਰਾਧਿਆ ਚ ਸਾਰੇ ਕੁਲਾ ਸੁੱਚਾ ਮੰਨਿਆ ਜਾਂਦਾ, ਇਸ ਲਈ ਕਾਲਾ ਹਿਰਨ ਮਾਰੀ ਲਈ ਆਵਾਂ। ਸੀਤਾ ਆਖਣ ਲੱਗੀ ਮਾਰਾ ਇੱਕ ਜੀਵ ਵੀ ਮਾਰੀ ਹੈ, ਆਪਣੇ ਪਿਤਰੇ ਕੀ ਖੁਸ਼ ਕਰਚੇ, ਜੇ ਤੇ ਸਾੜੇ ਚ ਸ਼ਰਧਾ ਹੈ ਨਾ ਅਸ ਪਿੰਡ ਦਿੰਨੇ, ਜੇ ਸਾੜੇ ਚ ਸ਼ਰਧਾ ਹੋਈ ਤੇ ਸਾੜੇ ਜਿਹੜੇ ਬਜ਼ੁਰਗ ਨਾ ਆਪਣਾ ਹੱਥ ਕੱਢੀਏ ਪਿੰਡ ਲਈ ਲੈ। ਗਿਆ ਤੀਰਥ ਦੇ ਵਿੱਚ ਆਰਾਮ, ਸੀਤਾ ਤੇ ਲਕਸ਼ਮਣ ਬੈਠੇ ਦਿਨ, ਆਰਾਮ ਜੀ ਨੇ ਪਿੰਡ ਵੱਟਿਆ, ਜਿਹਾ ਸੰਕਲਪ ਕੀਤਾ ਪਿੰਡ ਕਹਿੰਦਾ ਵੱਟਿਆ, ਫਲਕੂ ਦੀ ਰੇਤਿਆਂ ਦਾ ਪਿੰਡ ਵੱਟਿਆ, ਉਹਦੇ ਕੋਲ ਕੱਖ ਵੀ ਨਾ, ਲੇਤਰਿਆਂ ਦਾ ਪਿੰਡ ਵੱਟਿਆ ਤੇ ਸ਼ਰਧਾ ਦੇ ਕੰਨਾ ਆਖਿਆ ਕਿ ਪਿਤਾ ਜੀ ਮੈਂ ਬਨਵਾਸੀ ਆਏ ਦਾ, ਮੇਰੇ ਕੋਲ ਕੁਝ ਨਹੀਂ ਹੈ, ਇਹ ਪਿੰਡ ਹੈ, ਜਿਹਾ ਪਿੰਡ ਵੱਟਿਆ ਗਿਆ ਉਧਰਾ ਦਸ਼ਰਥ ਨੇ ਹੱਥ ਕੱਢੀ ਉੜਿਆ, ਹੁਣ ਇਹ ਪਿੰਡ ਸੂਰੀ, ਇਹਨਾਂ ਤ੍ਰੈ ਪਿੰਡ ਦਿੱਤੇ ਉਹਨੇ ਉਹ ਗ੍ਰਹਿਣ ਕਰੀ ਲਈ। ਅੱਜ ਵੀ ਪਰੰਪਰਾ ਬਣੀ ਦੀ ਹੈ, ਜਿਸ ਕਿਸੇ ਦੀ ਮੁਕਤੀ ਨਹੀਂ ਹੋਵੇ ਉਹਦੀ ਗਿਆ ਤੀਰਥ ਉੱਪਰ ਜਾਈ ਹੈ ਪਿੰਡ ਦਾਨ ਕਰਨ ਕੰਨੇ ਮੁਕਤੀ ਹੋਈ ਹੈ, ਐਸੀ ਇੱਕ ਕਲਪਨਾ ਕੀਤੀ ਜਾਂਦੀ ਹੈ। ਬੋਲ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ। ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ। ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ। ਬਾਲ ਕ੍ਰਿਸ਼ਨ ਲਾਲ ਸਰਵ ਸੰਤੋ ਸਤਿ ਸਨਾਤਨ ਧਰਮ